ਮੇਰੀ ਅੱਖੀ ਕੰਨ ਦੇਖੋ ਮੇਰੇ ਦੇਸ ਦਾ ਸ਼ਲੈਪਾ, ਮੇਰੀ ਅੱਖੀ ਕੰਨ ਦੇਖ। ਮਿੱਠੀ ਮਿੱਠੀ ਡੋਗਰੀ ਬੋਲਦੇ ਨੇ ਡੋਗਰੇ, ਸੋਚੀ ਤੇ ਵਿਚਾਰੀ ਮੂੰਹਾਂ ਬੋਲਦੇ ਨੇ ਡੋਗਰੇ। ਜੰਗਾਂ ਜਾਂਦੇ ਹੱਸੀਏ ਤੇ ਆਉਂਦੇ ਨਹੀਂ ਉਹ ਨੱਸੀਏ, ਜਾਲਮੇ ਕੀ ਮਾਰ ਦੇਣ ਤੀਰ ਕਸੀ ਕਸੀਏ। ਦੋਸਤੋ ਜਾਲਮੇ ਤੇ ਤੀਰ ਕਸੀ ਕਸੀ ਮਾਰ ਦੇਣ, ਪਰ ਸ਼ਿਵੇ ਦਾ ਦੁਆਰ ਜਲ ਮਨ ਭਦਰ ਢਾਲਦੇ ਅਤੇ ਦੇਵੀ ਦੇ ਚੜ੍ਹਦੇ ਛਿੱਲੀ। ਅੱਜ ਸ਼ਿਵੇ ਦੇ ਦੁਆਰ ਤੇ ਗੱਲ ਕਰਾਂ ਕਰਨਾ, ਔਰ ਮੈਂ ਪ੍ਰੋਗਰਾਮ ਵੀ ਜਿਹੜਾ ਅੱਜ ਮੇਰੇ ਪਿੱਛੇ ਤੁਸੀਂ ਹਰਿਆਲੀ ਦਿਖਾ ਕਰਦੇ ਹੋ, ਇਸ ਸ਼ਿਵੇ ਦੀ ਧਰਤੀ ਪਰ ਗਿਆ ਅਸ ਪ੍ਰਯਾਸ ਕਰਾਂ ਕਰਨਾ ਕਿ ਅੱਜ ਤੁਹਾਨੂੰ ਇਸ ਇਲਾਕੇ ਦੀ ਖੂਬਸੂਰਤੀ ਤੁਹਾਡੇ ਕੰਨੇ ਸਾਂਝਾ ਕਰਚਾ। ਇਲਾਕਾ ਕੋਈ ਹੋਰ ਨਹੀਂ, ਇਹ ਸ਼ੁੱਧ ਮਹਾਦੇਵ ਦਾ ਖੇਤਰ ਹੈ ਅਤੇ ਸ਼ੁੱਧ ਮਹਾਦੇਵ ਦਾ ਅੰਕ ਤਾਂ ਤੁਸੀਂ ਅਸੀਂ ਪਹਿਲੇ ਦੱਸਿਆ। ਅੱਜ ਦੀ ਘੜੀ ਦੇ ਵਿੱਚ ਮਾਤਾ ਗੌਰਾਂ ਦੀ ਉਹ ਤਪੋ ਭੂਮੀ ਉਹ ਹੈ ਗੌਰੀਕੁੰਡ। ਅੱਜ ਗੌਰੀਕੁੰਡ ਦੇ ਦਰਸ਼ਨ ਵਾਸਤੇ ਤੁਹਾਨੂੰ ਕਰਾਉਂਦੇ ਹਾਂ ਅਤੇ ਉਹਦਾ ਆਸ਼ੀਰਵਾਦ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਮੇਰੇ ਦੇਸ ਦਾ ਸ਼ਲੈਪਾ, ਮੇਰੀ ਅੱਖੀ ਕੰਨ ਦੇਖੋ ਮੇਰੇ ਦੇਸ ਦਾ ਸ਼ਲੈਪਾ। ਦੋਸਤੋ ਜੰਮੂ ਕਸ਼ਮੀਰ ਦੇ ਭੂਮੀ ਕੰਨੇ ਵਿੱਚ ਜਾਣਿਆ ਜਾਂਦਾ, ਔਰ ਇਹਦਾ ਸਾਕਸ਼ਾਤ ਜਿਹੜਾ ਅਸੀਂ ਦੇਖਿਆ ਕਰਦੇ ਹਾਂ ਕਿ ਹਰ ਪੱਗ ਪੱਗ ਪਰ, ਖਾਸ ਕਰੀਏ ਚਨੈਣੀ ਤਹਿਸੀਲ ਦੀ ਗੱਲ ਕੀਤੀ ਜਾ, ਚਨੈਣੀ ਤਹਿਸੀਲ ਦੇ ਵਿੱਚ ਬਾਬਾ ਬੋਲੇ ਦੇ ਅਸੀਮ ਦਰਸ਼ਨ ਹੁੰਦੇ ਨੇ, ਜਿਵੇਂ ਅਸੀਂ ਦੇਖਦੇ ਸ਼ੁੱਧ ਮਹਾਦੇਵ ਜਾਂ ਉੱਥੇ ਅੱਗੇ ਸ਼ਿਵ ਗਲੀ ਹੈ। ਪਰ ਚਨੈਣੀ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਅਸੀਂ ਦੇਖਿਆ ਕਰਨਾ ਛੋਟਾ ਅਮਰਨਾਥ ਦੇ ਰੂਪ ਦੇ ਵਿੱਚ ਇੱਥੇ ਇੱਕ ਨਿੱਕੀ ਗੁਫਾ ਹੈ ਜਿਹਨੇ ਗੁਪਤੇਸ਼ਵਰ ਮਹਾਦੇਵ ਆਖਦੇ ਹਨ। ਅਤੇ ਅੱਜ ਗੌਰੀਕੁੰਡ ਦੇ ਦਰਸ਼ਨ ਕਰਵਾਉਣ ਕੋਲ ਪਹਿਲੇ ਕਿਉਂ ਨਹੀਂ ਅਸ ਮਹਾਦੇਵ ਦੀ ਇਸ ਗੁਫਾ ਦੇ ਵਿੱਚ ਇਹਦੇ ਦਰਸ਼ਨ ਵੀ ਤੁਹਾਡੇ ਤੱਕ ਪਹੁੰਚਾਚਾ ਅਤੇ ਫਿਰ ਗੌਰੀਕੁੰਡ ਦੀ ਜਿਹੜੀ ਹਿਸਟਰੀ ਹੈ, ਗੌਰੀਕੁੰਡ ਦਾ ਜਿਹੜਾ ਇਤਿਹਾਸ ਆ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ ਹੈ। ਦੋਸਤੋ ਇਹ ਚਨੈਣੀ ਦੇ ਬੱਸ ਅੱਡੇ ਕੋਲ ਉੱਪਰ ਜਿੱਥੋਂ ਦਾ ਨਾਸ਼ਰੀ ਟਨਲ ਮੁੜਦਾ, ਥੱਲੇ ਚਨੈਣੀ ਕੀ ਰੋਡ ਆਉਂਦੀ ਜਿਹੜੀ ਉਸ ਰੋਡ ਦੇ ਉੱਪਰ ਗਿਆ ਇੱਕ ਗੁਫਾ ਹੈ। ਗੁਫਾ ਦੇ ਵਿੱਚ ਸਾਕਸ਼ਾਤ ਬਾਬਾ ਭੋਲੇ ਦੇ ਅਸੀਮ ਦਰਸ਼ਨ ਵਾਦੇ, ਜਿਹਨੇ ਕਿ ਛੋਟਾ ਅਮਰਨਾਥ ਕੰਨੇ ਵੀ ਜਾਣਿਆ ਜਾਂਦਾ ਔਰ ਗੁਪਤੇਸ਼ਵਰ ਮਹਾਦੇਵ ਵੀ ਮੰਨਦੇ ਨੇ। ਅਸੀਂ ਦੇਖਿਆ ਕਰਨਾ ਇਸ ਗੁਫਾ ਦੇ ਵਿੱਚ ਜਿਹੜੀ ਪ੍ਰਾਕ੍ਰਿਤਿਕ ਕੁਛ ਸ਼ਿਲਾ ਬਣੀ ਦੀਆਂ ਨੇ, ਕੁਛ ਸ਼ਿਵਲਿੰਗ ਉਹ ਬਣੇ ਦੇ ਨੇ। ਪਹਾੜੀ ਦੇ ਉੱਪਰ ਦੇਖੋ ਤਾਂ ਸਾਕਸ਼ਾਤ ਜਲ ਟਪਕੀ ਹੈ ਅਤੇ ਉਹਦੇ ਕਈ ਪ੍ਰਾਰੂਪ ਦਿੱਤੇ ਦੇ ਨੇ। ਕੁਤੇ ਬੋਲੇ ਬਾਬਾ ਦੀਆਂ ਅਸ ਦੇਖਿਆ ਨੇ ਲਿੰਗ ਲੱਭਾ ਦੇ ਨੇ, ਕੁਤੇ ਹੋਰ ਵੀ ਬੜੇ ਅਕਸ਼ ਜਿਹੜੇ ਲੱਭਾ ਦੇ ਨੇ। ਇਸ ਯਾਦ ਨੇ ਵੀ ਛੋਟਾ ਅਮਰਨਾਥ ਕੰਨੇ ਵੀ ਇਹਦਾ ਨਾਂ ਦਿੱਤਾ ਗਿਆ ਔਰ ਗੁਪਤੇਸ਼ਵਰ ਮਹਾਦੇਵ ਦੇ ਨਾਂ ਕੰਨੇ ਵੀ ਇਹ ਜਗ੍ਹਾ ਜਾਣੀ ਜਾਂਦੀ ਹੈ। ਇਹਦੇ ਦਰਸ਼ਨ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੇ ਪ੍ਰਯਾਸ ਕਰਿਆ ਕਰਨੇ ਹਾਂ। ਜ਼ਰੂਰ ਅਸੀਂ ਕੋਸ਼ਿਸ਼ ਕਰਕੇ ਕਿ ਦਰਸ਼ਨ ਕਰਵਾਈਏ ਤੁਹਾਨੂੰ, ਇੱਥੋਂ ਦਾ ਬਾਬਾ ਭੋਲੇ ਦਾ ਆਸ਼ੀਰਵਾਦ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ ਹੈ। ਦੋਸਤੋ ਚਨੈਣੀ ਦੇ ਵਿੱਚ ਬਾਬਾ ਭੋਲੇ ਦੀ ਜਿਹੜੀ ਪ੍ਰਾਕ੍ਰਿਤਿਕ ਗੁਫਾ ਇੱਕ ਨਿਕਲੀ ਹੈ, ਉਸ ਗੁਫਾ ਦੇ ਦਰਸ਼ਨ ਤਾਂ ਅਸੀਂ ਤੁਹਾਨੂੰ ਕਰਵਾਏ। ਇੱਥੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਹੜੇ ਇੱਥੋਂ ਦਾ ਰੱਖ ਰਖਾਵ ਕਰਾਉਂਦੀ ਔਰ ਖਾਸ ਕਰੀਏ ਪੂਜਾ ਅਰਚਨਾ ਵੀ ਕਰਾ ਕਰਦੇ ਨੇ, ਉਹ ਲੋਕ ਇੱਥੇ ਖੜੋਤੇ ਹੁੰਦੇ ਨੇ ਗੱਲਬਾਤ ਕਰਨੇ। ਪੰਡਿਤ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਨਰੇਸ਼ ਕੁਮਾਰ ਸ਼ਰਮਾ ਹੈ। ਨਰੇਸ਼ ਜੀ, ਇਹ ਜਿਹੜੀ ਗੁਫਾ ਹੈ ਆਪ ਸ਼ੰਭੂ ਨਿਕਲੀ ਹੈ ਜਾਂ ਮੈਨ ਮੇਡ ਹੈ? ਕਿਉਂਕਿ ਲੋਕ ਅੱਜ ਕੱਲ੍ਹ ਕਲਯੁੱਗ ਦੇ ਵਿੱਚ ਸਵਾਲ ਪੁੱਠੇ ਸਿੱਧੇ ਵੀ ਪੁੱਛਦੇ ਨੇ। ਨਹੀਂ ਦੇਖੋ ਜੀ, ਮੈਂ ਤੁਸੀਂ ਦੱਸਾਂ ਕਿ ਇਹ ਗੁਫਾ ਜਿਹੜੀ ਹੈ ਸਾਡੀ ਨਜ਼ਰੀ 'ਚ 19 ਫਰਵਰੀ 2021 'ਚ ਆਈ ਸੀ। ਇੱਥੇ ਨੈਸ਼ਨਲ ਹਾਈਵੇ ਦਾ ਕੰਮ ਚਲਾ ਦਾ ਹਾ। ਇਹ ਜੇਕਰ ਤੋਂ ਸਾਹਮਣੇ ਰੋਡ ਦਿਖਾਏ ਉਹ ਇੱਤ ਕਸ਼ਾ ਹੀ ਜਾਣਾ ਗੁਫਾ ਦਾ ਕਸ਼ਾ। ਇੱਥੇ ਕਟਾਈ ਚਲਾ ਦੀ ਸੀ, ਬੜੀ ਵਾਰੀ ਇੱਥੇ JCB ਮਸ਼ੀਨਾਂ ਖਰਾਬ ਹੋਈਆਂ ਅਤੇ ਮਸ਼ੀਨਾਂ ਵਾਲੇ ਵੀ ਬਿਮਾਰ ਹੋਏ।
ਲੇਕਿਨ ਉਹ ਨਜ਼ਰ 'ਚ ਨਹੀਂ ਆਈ ਵੀ ਜਿਹੜਾ ਜ਼ਿਆਦਾ ਗਾ ਹੋਣਾ ਲੱਗਿਆ ਤੇ ਵੀ ਉੱਥੇ ਜੇਕੇ ਮਜ਼ਦੂਰ ਲੱਗੇ ਤੇ ਉਹਨੇ ਆਖਿਆ ਕਿ ਕੋਈ ਤਾਂ ਕੋਈ ਚੀਜ਼ ਹੈ ਵੀ ਇੱਥੇ ਦਾ ਇੱਕ ਬੰਦਾ ਉਹਦੇ ਅੰਦਰ ਗਿਆ ਆ ਤੇ ਵੀ ਉਹਨੇ ਅਸੀਂ ਸੱਦਿਆ ਤੇ ਅਸੀਂ ਇੱਥੇ ਆਏ ਨੇ ਤੇ ਅੱਗੇ ਸਾਖਸ਼ਾਤ ਭੋਲੇਨਾਥ ਜੀ ਦਾ ਸਥਾਨ ਆ। ਉਹਦੇ ਬਾਅਦ ਅਸੀਂ ਕੰਮ ਰੁਕਵਾਇਆ ਵੀ ਮਤਲਬ 2 ਸਾਲ ਦੀ ਲੰਬੀ ਹੈਜੀਟੇਸ਼ਨ ਦੇ ਬਾਅਦ ਜਿਹੜਾ ਆ ਤੇ ਇਹ ਏਰੀਆ ਜੇਕਾ ਆ ਇਹ ਜੇਕਾ ਹਾਂ। ਦੋਸਤੋ ਇਸ ਸੰਸਥਾ ਦੇ ਜਿਹੜੇ ਇੱਥੇ ਖਾਸ ਕਰੀ ਹੈ ਇਹਨੇ ਸੰਸਥਾ ਬਣਾਈ ਦੀ ਹੈ ਉਹਦੇ ਚੇਅਰਮੈਨ ਨੇ ਸਾਡੇ ਕੰਨੇ ਚੇਅਰਮੈਨ ਸਾਹਿਬ ਕੀ ਨਾਂ ਤੁਹਾਡਾ? ਮੇਰਾ ਨਾਂ ਅਮਿਤ ਅਬਰੋਲ। ਅਮਿਤ ਜੀ ਇਹਦਾ ਜਿਹੜਾ ਪ੍ਰਗਟ ਦੇ ਉਤਸਵ ਜਿਹੜਾ ਬਣਾਉਂਦੇ ਹੋ ਤੁਸੀਂ ਜਿਹਨਾਂ ਦਾ ਆਖਿਆ ਜੂਨ 2021 'ਚ ਨਿਕਲੀ ਹੈ ਗੁਫਾ, ਕਿਹੜਾ ਦਿਨ ਬਣਾਉਂਦੇ ਹੋ ਇਹਦੇ ਵਾਸਤੇ? ਇਹਦੇ ਵਾਸਤੇ ਫਰਵਰੀ 2021 'ਚ ਨਿਕਲੀ ਦੀ ਜੀ ਅਤੇ ਉਹਦੇ ਬਾਅਦ ਕੋਈ ਹਫ਼ਤਾ 10 ਦਿਨ ਦੇ ਬਾਅਦ ਗੇ ਸ਼ਿਵਰਾਤਰੀ ਦਾ ਤਿਉਹਾਰ ਆਏਗਾ ਹਾਂ ਅਤੇ ਅਸ ਸ਼ਿਵਰਾਤਰੀ ਵਾਲੇ 1 ਦਿਨ ਪਹਿਲੇ ਇੱਥੇ ਜਾਗਰਨ ਕਰਵਾਉਂਦੇ ਹਾਂ। ਇੱਕ ਚੀਜ਼ ਹੋਰ ਹੈ ਇਹਦਾ ਜਿਵੇਂ ਤੁਸੀਂ ਕਰਵਾ ਦੇ ਸੰਸਥਾ ਦੇ ਤੌਰ ਪਰ ਜਾਗਰਣ ਕਰਵਾਉਂਦੇ ਜਗ ਕਰਵਾਉਂਦੇ ਹੋ, ਕੋਈ ਇਹਦੀ ਦੇਖ ਰੇਖ ਵਾਸਤੇ ਜਾਂ ਪ੍ਰਸ਼ਾਸਨਿਕ ਤੌਰ ਪਰ ਜਾਂ ਕਮੇਟੀ ਸਿਰਫ ਤੁਹਾਡੀ ਗ੍ਰਾਂ ਦੇ ਲੋਕਾਂ ਨਹੀਂ ਆਪੋ ਵਿੱਚ ਹੈ ਜਾਂ ਕੋਈ ਪ੍ਰਸ਼ਾਸਨ ਦੀ ਤਰਫਾ ਵੀ ਕੋਈ ਮਦਦ ਮਿਲਾ ਦੀ? ਦੇਖ ਰੇਖ ਵਾਸਤੇ ਅਸੀਂ ਇੱਥੇ ਇੱਕ ਟਰੱਸਟ ਬਣਾਇਆ ਦਾ ਗੁਪਤੇਸ਼ਵਰ ਮਹਾਦੇਵ ਸੇਵਾ ਟਰੱਸਟ ਜੀ ਜਿਹੜੀ ਪੂਰੀ ਇੱਧਰ ਦੀ ਦੇਖ ਰੇਖ ਕਰੇ ਕਰਦਾ, ਪਰ ਪ੍ਰਸ਼ਾਸਨਿਕ ਸਹਿਯੋਗ ਦੀ ਵੀ ਅਸੀਂ ਬੜੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕੱਲ੍ਹ ਕੀ ਅਗਰ ਅਸੀਂ ਇੱਥੇ ਕੋਈ ਵੀ ਡਿਵੈਲਪਮੈਂਟ ਕਰਵਾਉਣੀ ਹੋਵੇ ਅਤੇ ਐਡਮਿਨਿਸਟ੍ਰੇਸ਼ਨ ਦੀ ਅਤੇ ਸਾਥ ਦੀ ਜ਼ਰੂਰਤ ਅਸੀਂ ਸਹਿਯੋਗ ਦੀ ਪਾਉਣੀ ਹੀ ਪਾਉਣੀ। ਔਰ ਤੁਹਾਡੇ ਮਾਧਿਅਮ ਕੰਨਾ ਸਾਡੇ ਜਿਹੜੇ ਮਾਨਣੀ ਹੈ ਸੰਸਦ ਡਾਕਟਰ ਜਤਿੰਦਰ ਸਿੰਘ ਹੋਰ ਜਿਹੜੇ ਇਸ ਵਾਰੀ ਇੱਧਰਾ 3 ਝੰਡੀ ਜਿੱਤੀ ਹੈਗੇ ਔਰ ਸਾਰੇ ਕੋਲਾਂ ਪਹਿਲੇ ਉਹਨਾਂ ਨੇ ਇੱਧਰ ਇਸ ਸਥਾਨ ਪਰ ਹੀ ਆਸ਼ੀਰਵਾਦ ਲਿਆ ਔਰ ਮੈਂ ਤੁਹਾਡੇ ਮਾਧਿਅਮ ਕੰਨਾ ਉਹਦੇ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਕੋਈ ਪ੍ਰਸਾਦ ਯੋਜਨਾ ਸ਼ੁਰੂ ਹੋਈ ਦੀ ਜਿਹੜੀ ਸਰਕਾਰ ਨੇ ਸ਼ੁਰੂ ਕੀਤੀ ਦੀ ਉਸ ਯੋਜਨਾ ਦੇ ਤਹਿਤ ਥੋੜ੍ਹੀ ਜਿਹੀ ਅਸੀਂ ਇੱਥੇ ਸਹਿਯੋਗ ਦੇਣ ਜਿਹਦੇ ਕੱਲਾ ਕਿ ਅਸੀਂ ਇੱਥੇ ਥੋੜ੍ਹੀ ਡਿਵੈਲਪਮੈਂਟ ਕਰਵਾਈ ਸਕੀਏ। ਬਿਲਕੁਲ ਡਿਵੈਲਪਮੈਂਟ ਹੋ ਅਤੇ ਜਿਹੜੀ ਸੁਚਾਰੂ ਰੂਪ ਨੇ ਯਾਤਰਾ ਚੱਲਦੀ ਹੈ ਉਸ ਯਾਤਰਾ ਕੀ ਵੀ ਲੋਕ ਰੁਕਣੇ ਕੀ ਵਿਸ਼ਰਾਮ ਕਰਨੇ ਕੀ ਜਗ੍ਹਾ ਵੀ ਲੱਭੀ ਸਕਦੀ? ਬਿਲਕੁਲ ਇਹ ਚੀਜ਼ਾਂ ਅਸੀਂ ਆਪਣੇ ਧਿਆਨ ਵਿੱਚ ਰੱਖੀ ਦੀਆਂ ਜਿਸ 1.5 ਮਹੀਨਾ ਇੱਥੇ ਸੁਦਮਾ ਦੇਵ ਦਾ ਮੇਲਾ ਲੱਗਦਾ ਹਰ ਸਾਲ ਔਰ ਹਰ ਸਾਲ ਇੱਧਰਾਂ ਗੇ ਸਾਰੀ ਯਾਤਰਾ ਸੁਦਮਾ ਦੇਵ ਪ੍ਰਸਥਾਨ ਕਰਦੀ। ਅਸ ਇਹ ਚਾਹੁੰਦੇ ਕਿ ਕਮ ਸੇ ਕਮ ਇੱਥੇ ਵੀ ਕੋਈ ਐਸਾ ਅਸ ਸਥਾਨ ਬਣਾਚਿਆ ਕਿ ਇੱਥੇ ਯਾਤਰਾ ਕਈ ਵਾਰੀ ਜਾਮ ਦੀ ਪਰੇਸ਼ਾਨੀ ਇੱਥੇ ਬੜੀ ਜ਼ਿਆਦਾ ਲੱਗਦੀ, ਕਈ ਵਾਰੀ ਵਿੱਚ ਕੋਈ ਰੋਡ ਸਲਾਈਡ ਹੋਈ ਜਾਂਦਾ ਏਰੀਆ, ਉਹਦੇ ਗੱਲ ਅਸ ਚਾਹੁੰਦੇ ਕਿ ਇੱਥੇ ਥੋੜ੍ਹੇ ਜਿਹੇ ਸਾਰਾ ਕੋਈ ਇੱਕ ਸਰਾਂ ਬਣੀ ਆਵੇ ਯਾਤਰੂਏ ਦੇ ਠਹਿਰਨੇ ਵਾਸਤੇ, ਇੰਨਾ ਅਸ ਇਹ ਆਪਣਾ ਧਿਆਨ 'ਚ ਰੱਖੀ ਦੀਆਂ ਇਹ ਚੀਜ਼ਾਂ। ਬਿਲਕੁਲ ਸੱਚ ਗੱਲ ਕਰਦੇ ਨੇ ਦੋਸਤੋ ਕਿ ਪ੍ਰਸ਼ਾਸਨ ਦੀ ਜ਼ਰੂਰਤ ਤਾਂ ਪਾਉਂਦੀ ਹੈ ਕਿਉਂਕਿ ਜਿਵੇਂ ਪ੍ਰਸ਼ਾਦ ਯੋਜਨਾ ਦੀ ਨੇ ਜ਼ਿਕਰ ਕੀਤਾ, ਪ੍ਰਸ਼ਾਦ ਯੋਜਨਾ ਦੇ ਤਹਿਤ ਗੌਰਮੈਂਟ ਚਾਹੁੰਦੀ ਹੈ ਕਿ ਜਿਹੜੇ ਧਾਰਮਿਕ ਸਥਾਨ ਨੇ ਉਹਦਾ ਜਿਹੜਾ ਉਹਨੇ ਅਗਰ ਥੋੜ੍ਹੀ ਬਹੁਤ ਵਿੱਤੀ ਸਹਾਇਤਾ ਵੀ ਦੇਣੀ ਪਵੇ ਤਾਂ ਉਹ ਵੀ ਸਰਕਾਰ ਅੱਗੇ ਆਉਂਦੀ ਹੈ। ਪਰ ਜਿਵੇਂ ਇਹਨੇ ਜ਼ਿਕਰ ਕੀਤਾ ਵੀ ਸੁਦਮਾ ਦੇਵ ਦੀ ਯਾਤਰਾ ਜਿਹੜਾ ਚੱਲਦੀ, ਹੁਣ ਸਾਵਣ ਮਹੀਨਾ ਆਉਣ ਵਾਲਾ, ਸਾਵਣ ਮਹੀਨੇ 'ਚ ਮਤੇ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਇੱਥੇ ਮੱਥਾ ਟੇਕਣੇ ਆਉਂਦੇ ਨੇ ਔਰ ਕਈ ਵਾਰੀ ਅਸੀਂ ਦੇਖਦੇ ਹਾਂ ਪਰ ਰਸਤਾ ਬੰਦ ਹੁੰਦਾ, ਕੋਈ ਪੱਸੀ ਡਿੱਗੀ ਹੁੰਦੀ, ਕੋਈ ਕੁਛ ਹੋ ਜਾਂਦਾ ਜਾਂ ਜਾਮ ਲੱਗਦਾ, ਤਾਂ ਉਹਦੇ ਠਹਿਰਨੇ ਦਾ ਵਾਸਤਾ ਇਹ ਬੇਸ ਕੈਂਪ ਦੇ ਵਿੱਚ ਜਗ੍ਹਾ ਬਣ ਸਕਦੀ ਹੈ। ਇਹ ਵੀ ਇੱਕ ਜਿਹੜਾ ਅੱਜ ਅਸੀਂ ਤੁਹਾਡੇ ਤੱਕ ਕੜੀ ਪਜਾ ਦੇ ਗੌਰੀ ਕੁੰਡ ਦੀ, ਉਹਦੇ ਕੰਨੇ ਗੇ ਜੁੜਦਾ ਇਹ ਵੀ ਇੱਕ ਤੀਰਥ ਸਥਲ ਹੈ ਜਿਹਦੇ ਦਰਸ਼ਨ ਅੱਜ ਤੁਹਾਨੂੰ ਕਰਵਾਏ ਇਸ ਗੁਫਾ ਦੇ, ਅਤੇ ਹੁਣ ਹੋਰ ਵੀ ਜਿਹੜੇ ਇੱਥੇ ਦੀ ਜਗ੍ਹਾ ਹਨ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਮੇਰੇ ਦੇਸ਼ ਦਰਸ਼ਨ ਲੈ ਪਾ, ਮੇਰੀ ਅੱਖੀ ਕੰਨੇ ਦੇਖੋ, ਮੇਰੇ ਦੇਸ਼ ਦਰਸ਼ਨ ਲੈ ਪਾ, ਮੇਰੀ ਅੱਖੀ ਕੰਨੇ ਦੇਖੋ। ਦਰਸ਼ਕੋ ਇਹ ਪ੍ਰਾਕ੍ਰਿਤਿਕ ਗੁਫਾ ਹੈ ਜਿੱਥੋਂ ਦਾ ਪਾਣੀ ਟਪਕਦਾ ਔਰ ਮਾਤਾ ਗੌਰਾਂ ਇੱਥੇ ਇਸ਼ਨਾਨ ਕਰਦੀ ਸੀ, ਇਸ਼ਨਾਨ ਕਰੀ ਹੈ ਉੱਪਰ ਗੁਫਾ ਦੇ ਵਿੱਚ ਪਈ ਹੈ ਉਹ ਪੂਜਾ ਅਰਚਨਾ ਕਰਦੀ ਸੀ। ਇੱਕ ਇਹ ਕੁੰਡ ਵੀ ਜਿਹੜਾ ਇਸ ਪ੍ਰਾਕ੍ਰਿਤਿਕ ਜਿਹੜਾ ਪਾਣੀ ਇੱਧਰ ਦਾ ਆਉਂਦਾ
ਉਹ ਇੱਥੋਂ ਤੋਂ ਨਿਕਲੀ ਹੈ ਪਾਣੀ, ਇਸ ਕੁੰਡ 'ਚ ਆਉਂਦਾ, ਇਸ ਕੁੰਡ ਦੇ ਬਾਰਾ ਫਿਰ ਬਾਹਰ ਤੱਕ ਪਾਣੀ ਜਾ ਕਰਦਾ। ਜਲ ਜ਼ਿਆਦਾ ਪਵਿੱਤਰ ਜਲ ਜਿਹੜਾ ਹੈ ਇਹ ਵੀ ਅਸ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਿਆ ਕਰਨਾ। ਔਰ ਉਸ ਗੁਫਾ ਦੇ ਵਿੱਚ ਜਿੱਥੇ ਅੱਜ ਵੀ ਬੂੰਦਾਂ ਟੱਪਦੀਆਂ, ਜਿੱਥੇ ਮਾਤਾ ਗੌਰਾਂ ਇਸ਼ਨਾਨ ਕਰਦੀ, ਉਹ ਦਰਸ਼ਨ ਵੀ ਤੁਹਾਨੂੰ ਕਰਾਉਣੇ ਆ। ਔਰ ਫਿਰ ਜਿੱਥੇ ਮਾਤਾ ਨੇ ਬਈ ਹੈ ਤਪੱਸਿਆ ਕੀਤੀ, ਉਸ ਗੁਫਾ ਦੇ ਵੀ ਦਰਸ਼ਨ ਤੁਹਾਨੂੰ ਕਰਾਉਣ ਦਾ ਪ੍ਰਯਾਸ ਕਰਨਾ। ਔਰ ਗਾਏ ਦੇ ਥਣ, ਇੱਥੇ ਜਿਹਨੇ ਗਾਏ ਦੇ ਥਣ ਥਮਾਂ ਉਹ ਪਾਣੀ ਟਪਕਦਾ, ਪਹਿਲੇ ਜਿਲ੍ਹਾ ਮਾਤਾ ਗੌਰਾਂ ਨੇ ਇਸ਼ਨਾਨ ਕੀਤਾ ਤਾਂ ਉੱਥੋਂ ਦੁੱਧ ਦੇ ਰੂਪ 'ਚ ਧਾਰਾ ਫੁੱਟਦੀ ਸੀ। ਉਹ ਅੱਜ ਦੁੱਧ ਦੀ ਧਾਰਾ ਤਾਂ ਨਹੀਂ ਹੈ, ਪਰ ਪਾਣੀ ਅੱਜ ਵੀ ਉਹਨੇ ਗਊ ਜਿਹੜੇ ਅਸ ਦੇਖਣੇ ਥਣ ਉਹਦੇ ਵਿੱਚ ਪਾਣੀ ਟਪਕਦਾ ਹੈ। ਅਤੇ ਆਓ ਦਰਸ਼ਨ ਕਰਨੇ ਆ, ਅਤੇ ਤੁਹਾਨੂੰ ਵੀ ਦਰਸ਼ਨ ਕਰਾਉਣ ਦਾ ਪ੍ਰਯਾਸ ਕਰਨਾ। ਦੋਸਤੋ, ਮਾਤਾ ਰਾਣੀ ਦੀ ਉਹ ਪਵਿੱਤਰ ਗੁਫਾ ਜਿਸ ਗੁਫਾ ਦੇ ਵਿੱਚ ਬਈ ਹੈ ਮਾਤਾ ਨੇ ਗੌਰਾਂ ਨੇ ਘੋਰ ਤਪੱਸਿਆ ਕੀਤੀ ਭਗਵਾਨ ਭੋਲੇਨਾਥ ਜੀ ਪਤੀ ਰੂਪ 'ਚ ਪਾਉਣ ਦਾ। ਅਸੀਂ ਦੇਖਿਆ ਕਰਦੇ ਹਾਂ ਪਹਿਲੇ ਪ੍ਰਾਕ੍ਰਿਤਿਕ ਥੱਲੇ ਜਿਹੜਾ ਝਰਨਾ ਹੈ ਗਊ ਮਾਤਾ ਦੇ ਥਣੇ ਦੇ ਵਿੱਚ ਆ, ਉਹ ਦੁੱਧ ਧਾਰਾ ਵਗਦੀ ਸੀ, ਉੱਥੇ ਮਾਤਾ ਗੌਰਾਂ ਇਸ਼ਨਾਨ ਕਰਦੀ ਸੀ। ਇਸ਼ਨਾਨ ਕਰੀਏ ਅਤੇ ਇਸ ਛੋਟੀ ਜਿਹੀ ਗੁਫਾ ਦੇ ਵਿੱਚ ਅੰਦਰ ਮਾਤਾ ਰਾਣੀ ਨੇ ਘੋਰ ਤਪੱਸਿਆ ਕੀਤੀ ਔਰ ਭਗਵਾਨ ਭੋਲੇਨਾਥ ਜੀ ਪਤੀ ਰੂਪ 'ਚ ਪਾਉਣ ਵਾਸਤੇ ਇੱਥੇ ਬੜਾ ਵੱਡਾ ਤਪ ਕੀਤਾ। ਔਰ ਇਹਦੇ ਬਾਅਦ 'ਚ ਮਾਤਾ ਅਪਰਨਾ ਦੇ ਰੂਪ 'ਚ ਇਹਨੇ ਮੰਨਿਆ ਗਿਆ, ਜਿਲ੍ਹਾ ਇਹਨੇ ਵਾਯੂ ਜਲ ਔਰ ਕਿਸੇ ਵੀ ਚੀਜ਼ ਦਾ ਅਨਾਜ ਖਾਣਾ ਬੰਦ ਕਰ ਦਿੱਤਾ। ਅਨਾਜ ਤਾਂ ਛੱਡਿਆ ਕੇ ਛੱਡਿਆ, ਜਲ ਅਤੇ ਵਾਯੂ ਦਾ ਵੀ ਸਾਂਸ ਲੈਣਾ ਵੀ ਬੰਦ ਕਰ ਦਿੱਤੀ। ਉਹ ਲਓ ਅਪਰਨਾ ਮਾਤਾ ਦੇ ਨਾਂ ਕਨੇ ਜਾਣੀ ਗਈ। ਔਰ ਇਹ ਪਵਿੱਤਰ ਸਥਾਨ ਉਹ ਹੈ ਜਿੱਥੋਂ ਦਾ ਮਾਤਾ ਦੇਵਕ ਦਾ ਵੀ ਉਤਪਤੀ ਹੋਈ ਦੀ ਹੈ, ਜਿਹੜੀ ਅੱਜ ਅਸੀਂ ਦੇਖਦੇ ਹਾਂ ਪਏ ਉਧਮਪੁਰ ਦੇ ਰਾਹੇ ਫਿਰ ਜਿੰਦਰਾ ਜਿੰਦਰਾ ਦਾ ਵੈ ਪ੍ਰਮੰਡਲ ਉੱਤਰਵੈਣੀ 'ਚ ਵਗਦੀ ਹੈ। ਉਸ ਜਿਹੜੀ ਉਹ ਦੇਵਕ ਨਦੀ ਹੈ, ਮਾਤਾ ਗੌਰਾ ਦੀ ਵੱਡੀ ਭੈਣ ਦੇਵਕ ਜਿਹੜੀ ਉਹ ਵੀ ਇੱਥੋਂ ਦਾ ਅਗਰ ਨਿਕਲੀ ਦੀ ਹੈ, ਮਾਤਾ ਪਾਰਵਤੀ ਦੀ ਵੱਡੀ ਭੈਣ। ਅਤੇ ਉਹਦੇ ਵੀ ਦਰਸ਼ਨ ਤੁਹਾਨੂੰ ਕਰਾ ਕੇ ਪਹਿਲੇ ਹੁਣ ਉਸ ਗੁਫਾ ਦੇ ਦਰਸ਼ਨ ਕਰਾਉਣੇ, ਜਿਸ ਗੁਫਾ ਦੇ ਵਿੱਚ ਸਵਯੰ ਮਾਤਾ ਕਈ ਵਰਸ ਤੱਕ ਬਾਬਾ ਭੋਲੇ ਦੀ ਤਪੱਸਿਆ ਕਰਦੇ ਰਹੇ ਉਹਨੇ ਪਤੀ ਰੂਪ ਪਾਉਣ ਵਾਸਤੇ। ਦਰਸ਼ਕੋ, ਇਹ ਪ੍ਰਾਕ੍ਰਿਤਿਕ ਗੁਫਾ ਜਿਸ ਗੁਫਾ ਦੇ ਵਿੱਚ ਮਾਤਾ ਗੌਰਾਂ ਨੇ ਕਈ ਵਰਸਿਆਂ ਤੱਕ ਗੁਰ ਤਪੱਸਿਆ ਕੀਤੀ ਭਗਵਾਨ ਭੋਲੇਨਾਥ ਦੀ ਪਤੀ ਰੂਪ 'ਚ ਪਾਉਣ ਵਾਸਤੇ। ਸਾਡੇ ਨਾਲ ਮੰਤ ਬੈਠੇ ਇਹਦੇ ਕੋਲ ਜਾਣਦੇ ਹਾਂ, ਖਾਸ ਕਰੀਏ ਕਿ ਮਹੱਤਵ ਹੈ ਇਸ ਜਗ੍ਹਾ ਦਾ। ਮੰਤ ਜੀ, ਤੁਹਾਡਾ ਸਵਾਗਤ ਹੈ। ਕੀ ਨਾਂ ਤੁਹਾਡਾ? ਮੇਰਾ ਨਾਮ ਸ਼ਾਮ ਲਾਲ ਗੋਸਵਾਮੀ। ਸ਼ਾਮ ਲਾਲ ਜੀ, ਕੀ ਇਤਿਹਾਸ ਹੈ ਮਾਤਾ ਗੌਰਾਂ ਦਾ? ਇਹ ਪਵਿੱਤਰ ਸਥਾਨ ਜਿਹੜਾ ਹੈ, ਇਹ ਗੌਰਾ ਮਾਤਾ ਜੀ ਦੀ ਤਪ ਭੂਮੀ ਹੈ, ਤਪੱਸਿਆ ਸਥਲੀ ਹੈ ਮਾਤਾ ਦੀ। ਇਹ ਸਾਹਮਣੇ ਸ਼ੰਕਰ ਭਗਵਾਨ ਜੀ ਨੇ, ਇਹਦੇ ਕੰਨਾ ਗੌਰਾ ਮਾਤਾ ਜੀ ਨੇ, ਇੱਥੇ ਲੈਂਦੇ ਚਰਨੇ ਸ਼ਿਵ ਪਰਿਵਾਰ ਹੈ, ਗਣੇਸ਼ ਜੀ, ਸ਼੍ਰੀ ਕਾਰਤਿਕੇ ਜੀ, ਨੰਦੀ ਜੀ, ਪਿੱਛੇ ਇੱਥੇ ਗਊ ਮਾਤਾ, ਪਿੱਛੇ ਇੱਕ ਬਾਬਾ ਜੀ ਨੇ, ਇਹ ਮਾਤਾ ਜੀ ਦੇ ਸੇਵਕ ਹੈ। ਅਤੇ ਇੱਥੇ ਮਾਤਾ ਗੌਰਾਂ ਨੇ ਤਪੱਸਿਆ ਕੀਤੀ ਸੀ ਸ਼ੰਕਰ ਭਗਵਾਨ ਜੀ ਕੀ ਵਰ ਰੂਪ 'ਚ ਪਾਉਣ ਵਾਸਤੇ। ਗੌਰਾ ਮਾਤਾ ਜੀ ਦਾ ਮਾਇਕਾ ਮਾਨਤਲਾ ਹੀ ਸੀ, ਰੋਜ਼ ਮਾਤਾ ਮਾਨਤਲਾ ਜਾਂਦੀਆਂ ਸੀ। ਥੱਲੇ ਜਿਹੜਾ ਕੁੰਡ ਦੇਖਿਆ ਉੱਥੇ ਝਰਨਾ ਜਿਹੜਾ, ਉਸ ਕੁੰਡ 'ਚ ਮਾਤਾ ਇਸ਼ਨਾਨ ਕਰਦੀਆਂ ਸੀ। ਉਹਦੇ ਉਪਰੰਤ ਇਸ ਗੁਫਾ 'ਚ ਆਈ ਹੈ, ਇਸੇ ਸਥਾਨ ਪਰ ਬਹੀ ਹੈ ਮਾਤਾ ਜੀ ਨੇ, ਕਿ ਹਜ਼ਾਰਾਂ ਲੱਖਾਂ ਸਾਲ ਭਗਤੀ ਕੀਤੀ ਮਾਤਾ ਨੇ, ਫਿਰ ਸ਼ੰਕਰ ਭਗਵਾਨ ਕੰਨੇ ਮਾਤਾ ਜੀ ਦੀ ਸ਼ਾਦੀ ਹੋਈ। ਅਤੇ ਇਹ ਕੰਨੇ ਇੱਕ ਗੁਫਾ, ਇਹ ਕੁੰਡ ਜਿਹੜਾ ਹੈ, ਇਹ ਕੁੰਡ ਉਸ ਲਈ ਹਵਨ ਕੁੰਡ ਸੀ, ਇੱਥੇ ਮਾਤਾ ਜੀ ਹਵਨ ਕਰਦੇ ਸੀ। ਉਹ ਸਾਹਮਣੇ ਇੱਕ ਗੁਫਾ ਹੈ, ਇਹ ਗਰਭ ਜੂਨ ਦੇ ਨਾਮ ਕਹਿੰਦੇ ਅਸੀਂ ਆਖਦੇ ਹਾਂ, ਇਹ ਗਰਭ ਜੂਨ ਹੈ। ਇਹਦੇ ਵਿੱਚ ਜਾਣਾ ਕਰਨਾ ਵੀ ਮਾਤਾ ਰਾਣੀ ਕਸ਼ਟ ਹਰਦੀਆਂ, ਜਾਣੇ ਅਣਜਾਣੇ ਕੋਈ ਬੰਦੇ ਕੋਲ ਕੋਈ ਪਾਪ ਗਲਤੀ ਹੋ ਜਾਂਦੀ ਜਿਹੜੀ, ਉਹਦਾ ਵੀ ਪ੍ਰਾਸ਼ਚਿਤ ਹੁੰਦਾ। ਅਤੇ ਇਹ ਪੂਰਾ ਤਪੱਸਿਆ ਦਾ ਸਥਾਨ ਹੈ ਮਾਤਾ ਦਾ। ਬਾਕੀ ਇੱਥੇ ਦੋ ਸਮਾਧੀਆਂ ਹਨ, ਇੱਕ ਜਿੰਦਾ ਸਮਾਧੀ ਹੈ, ਬਾਬਾ ਸ਼ਾਮ ਗਿਰੀ ਨੇ ਜਿੰਦਾ ਸਮਾਧੀ ਲਾਈ ਦੀ ਇੱਥੇ।
ਆਖਦੇ ਕਿ ਬਾਬਾ ਸ਼ਾਮਗਿਰੀ ਹੋਰ ਜਿਹੜੇ ਇੱਥੇ ਇੱਕ ਗੁਫਾ ਨਿੱਕੀ ਗੁਫਾ ਨਿੱਕੀ ਹੁੰਦੀ ਸੀ ਗੁਫਾ, ਉਹ ਇੱਥੋਂ ਦਾ ਸ਼ੰਕਰਾਚਾਰਿਆ ਜਾਂਦੀ ਸੀ ਕਸ਼ਮੀਰ। ਇਹ ਬਾਬਾ ਸ਼ਾਮਗਿਰੀ ਜੀ ਜਿਸਲੇ ਸਵੇਰੇ ਸ਼ਾਮੀ ਨੇ ਆਰਤੀ ਕਰਨੀ ਹੁੰਦੀ ਸੀ, ਆਰਤੀ ਦੇ ਟਾਈਮ ਇਸ਼ਨਾਨ ਕਰਦੇ ਲੈ, ਇਸ਼ਨਾਨ ਕਰਨ ਬਾਅਦ ਉਸ ਗੁਫਾ ਦੇ ਰਸਤੇ ਸ਼ੰਕਰਾਚਾਰਿਆ ਜਾਂਦੇ ਸੀ, ਉੱਥਾਂ ਤਾਜ਼ੇ ਫੁੱਲ ਫਾ ਲੈਣੀ ਹੈ ਫਿਰ ਆਣੀ ਹੈ ਮਾਤਾ ਦੀ ਆਰਤੀ ਕਰਦੇ ਸੀ। ਲੇਕਿਨ ਉਹਦੇ 'ਚ ਇੱਕ ਇਹੀ ਸ਼ਰਤ ਸੀ ਕਿ ਉਹਦੇ ਬਗੈਰ ਕੋਈ ਦੂਆ ਉਸ ਗੁਫਾ 'ਚ ਨਹੀਂ ਜਾ ਸਕਦਾ, ਜਿਹੜਾ ਜਾਂਦਾ ਤਾਂ ਉਹ ਭਸਮ ਹੋ ਜਾਂਦਾ ਉਹਦੇ 'ਚ। ਅਤੇ ਇੱਕ ਵਾਰੀ ਕੋਈ ਸਾਧੂਆਂ ਜੱਥਾ ਆਇਆ, ਰਾਤੀ ਸਾਧੂ ਰੁਕੇ ਜਲਿਆ ਬਾਬਾ ਜੀ ਆਰਤੀ ਕਰਨ ਲੱਗੇ, ਅਤੇ ਉਹਨੇ ਦੇਖਿਆ ਕਿ ਬਾਬਾ ਜੀ ਉਸ ਗੁਫਾ 'ਚ ਬੜੇ, ਅਤੇ ਉਹਨੇ ਸੋਚਿਆ ਕਿ ਬਾਈ ਇਹ ਬਾਬਾ ਜੀ ਯਾਦ ਹੈ ਅਤੇ ਸਵੇਰੇ ਇਹਨੇ ਚਲਾਇਆ ਇਹ ਜੰਗਲ ਦੇ ਪਿੱਛੇ, ਅਸੀਂ ਵੀ ਜਾਣਾ ਹੈ। ਉਹਨਾਂ ਗੁਰੂ ਜੀ ਨੇ ਠਾਕਿਆ, ਉਹਨੇ ਆਖਿਆ ਬਾਈ ਮੇਰੇ ਵਗੈਰਾ ਜਿਹੜਾ ਜਾਗ ਅਤੇ ਉਹ ਜਿਹੜਾ ਭਸਮ ਹੋ ਜਾਣਾ, ਅਤੇ ਇਹਦੇ 'ਚ ਨਹੀਂ ਆਉਣਾ ਕੁਛ ਵੀ। ਸਵੇਰੇ ਲਿਓ ਬਾਬਾ ਜੀ ਇਸ਼ਨਾਨ ਕੀਤਾ, ਬਾਬਾ ਜੀ ਗੁਫਾ 'ਚ ਬੜੇ ਜਲੈ, ਪਿੱਛੇ ਦੋ ਸਾਧੂ ਜਦੋਂ ਅਸੀਂ ਚਲੀਏ, ਬਾਬਾ ਜੀ 5 ਮਿੰਟ 10 ਮਿੰਟ ਬਾਅਦ ਵਾਪਸ ਆਈਏ, ਆਣੀ ਉਹਨੇ ਆਰਤੀ ਕੀਤੀ। ਆਰਤੀ ਕਰਨ ਦੇ ਬਾਅਦ ਜਿਹੜੇ ਬਾਕੀ ਸਾਧੂ ਸੀ ਉਹਨੇ ਪੁੱਛਿਆ ਗੁਰੂ ਜੀ ਸਾਡੇ ਦੋ ਸਾਧੂ ਤੁਹਾਡੇ ਪਿੱਛੇ ਗਏ ਸੀ, ਉਹ ਮੁੜ ਜੀ ਨਹੀਂ ਆਏ। ਫਿਰ ਉਹਨੇ ਉਸ ਵੇਲੇ ਆਖਿਆ ਮੈਂ ਤੁਸੀਂ ਪਹਿਲਾਂ ਸਮਝਾਇਆ ਇਹ ਤਾਂ ਅਨਰਥ ਹੋਈ ਆ, ਹੁਣ ਤਾਂ ਉਹ ਭਸਮ ਹੋਈ ਚੁੱਕੇ ਨੇ। ਫਿਰ ਉਹਨੇ ਉਸੇ ਟਾਈਮ 'ਤੇ ਗੁਫਾ ਬੰਦ ਕੀਤੀ ਸੀ ਅਤੇ ਬਾਬਾ ਸ਼ਾਮਗਿਰੀ ਜੀ ਨੇ ਇੱਥੇ ਜਿੰਦਾ ਸਮਾਧੀ ਲਾਈ ਦੀ, ਬਾਹਰ ਸਮਾਧੀ ਦੱਸਣੀ ਆ ਤੁਸੀਂ ਉਹ। ਇੱਕ ਖਾਸ ਕਰੀ ਅਸੀਂ ਦੇਖਦੇ ਹਾਂ ਕਿ ਜਿੱਥੇ ਭਗਵਾਨ ਭੋਲੇਨਾਥ ਨੇ ਉੱਥੇ ਮਾਤਾ ਪਾਰਵਤੀ ਦਾ ਵੀ ਅਸਤਿਤਵ ਲੱਭਦਾ ਹੈ, ਔਰ ਕੰਨੇ ਗਏ ਮਾਤਾ ਪਾਰਵਤੀ ਦੀ ਵੱਡੀ ਭੈਣ ਦੇਵਕਾ, ਜਿਹੜੀ ਦੇਵਕਾ ਮਾਤਾ ਅਸੀਂ ਆਖਦੇ ਹਾਂ, ਉਹਦਾ ਵੀ ਉਥਾਨ ਇੱਥੋਂ ਦਾ ਹੋਏਦਾ। ਦੇਵਕਾ ਜਿਹੜੀ ਇਹ ਇੱਥੇ ਮਾਤਾ ਦੇ ਚਰਨੇ 'ਚ ਆ ਗਏ, ਇਹ ਜਿਹੜਾ ਕੁੰਡ ਹੈ ਜਿੱਥੇ ਤੁਸੀਂ ਜਿਹੜਾ ਝਰਨਾ ਦੇਖਿਆ, ਮੇਨ ਇਹਦਾ ਉਦਗਮ ਜਿਹੜਾ ਇਹੀ ਹੈ, ਇਸ ਝਰਨੇ 'ਚ ਆ ਗਏ ਸਹੀ ਇਹ ਦੇਵਕਾ ਜਿਹੜੀ ਗੰਗਾ ਮਾਤਾ ਦੀ ਵੱਡੀ ਭੈਣ ਦੇਵਿਕਾ ਜਿਹੜੀ ਇਹ ਇੱਥਾਂ ਗਏ ਪ੍ਰਗਟ ਹੋਈਆਂ, ਇੱਥਾਂ ਨਿਕਲੀਆਂ ਇਹ। ਥੱਲੇ ਇੱਕ ਇਹਦਾ ਸੰਗਮ ਹੋਇਆ, ਥੱਲੇ ਵੇਣੀ ਸੰਗਮ ਹੈ, ਸੂਰਜ ਪੁੱਤਰੀ ਤਵੀ ਹੈ ਥੱਲੇ, ਉਹ ਤਵੀ ਕੰਢੇ ਇਹਦਾ ਸੰਗਮ ਹੋਇਆ, ਉਹਦਾ ਨਾਂ ਪਿਆ ਵੇਣੀ ਸੰਗਮ, ਨਦੀਆਂ ਦਾ ਸੰਗਮ ਤੋਂ ਵੇਣੀ ਸੰਗਮ ਨਾਂ ਪਿਆ ਉੱਥੇ। ਉੱਥੇ ਦੂਆ ਹਰਿਦੁਆਰ ਇੱਥੇ ਤੀਰਥ, ਉਹਦੇ ਬਾਅਦ ਤ੍ਰੀਆ ਤੀਰਥ ਮਾਨਤਲਾ ਹੀ ਹੈ, ਚੌਥਾ ਸੁਧਮਾ ਦੇਵ ਹੈ, ਅਤੇ ਪੰਜਵਾਂ ਇਹ ਗੌਰੀਕੁੰਡ ਦਾ ਪਹਿਲਾ ਆਈ ਜਾਂ ਵੇਣੀ ਸੰਗਮ, ਦੂਆ ਜਾਂ ਤ੍ਰੀਆ ਹਰਿਦੁਆਰ, ਚੌਥਾ ਮਾਨਤਲਾ ਅਤੇ ਪੰਜਵਾਂ ਸੁਧਮਾ ਦੇਵ, ਇਹ 5 ਤੀਰਥੀ ਹੈ ਇੱਥੇ ਪੂਰੀ। ਜਿੰਨੇ ਤੱਕ ਅਗਰ ਕਿਸੇ ਦਾ ਕੋਈ ਗੋਹ ਤਿਆ ਹੁੰਦੀ ਅਤੇ ਉਹ ਵੀ ਜਿੰਨੇ ਚਿਰ ਇੱਥੇ 5 ਤੀਰਥਾਂ ਪਰ ਜਿਹੜੇ ਇਸ਼ਨਾਨ ਨਹੀਂ ਕਰ, ਅਤੇ ਉਹਦਾ ਜਿਹੜੇ ਗੋਹ ਚਾਹਦਾ ਪਾਪ ਜਿਹੜਾ ਉਹ ਪ੍ਰਾਸ਼ਿਤ ਨਹੀਂ ਹੁੰਦਾ। ਅਗਰ ਅਸ ਜਿਹਾਂ ਲੋਕ ਸਾਡੇ ਚਾਰ ਧਾਮ ਦੀ ਯਾਤਰਾ ਕਰਦੇ, ਅਗਰ ਜਿਹੜਾ ਚਾਰ ਧਾਮ ਦੀ ਯਾਤਰਾ ਕਰੀਏ ਆਂਗਣ ਬੰਦੇ, ਜਿੰਨੇ ਚਿਰ ਇਹਨੇ 5 ਸਥਾਨਾਂ ਪਰ ਅਗਰ ਇਸ਼ਨਾਨ ਨਹੀਂ ਕੀਤਾ ਕੁਛ ਹੈ, ਤਾਂ ਉਹਦਾ ਚਾਰ ਧਾਮ ਦਾ ਜਿਹੜਾ ਉਹ ਮਾਨਿਆ ਨਹੀਂ ਹੈ। ਬਿਲਕੁਲ ਸੱਚ ਗੱਲ ਕਰਦੇ ਨੇ ਦੋਸਤੋ, ਔਰ ਖਾਸ ਕਰੀਏ ਜੇ ਇੱਥੋਂ ਤਾਂ ਅਸੀਂ ਪਤਾ ਲੱਗਿਆ ਕਿ ਮਾਤਾ ਦੇਵਿਕਾ ਦਾ ਜਿਹੜਾ ਉਥਾਨ ਉਸ ਗੁਫਾ 'ਚ ਹੋਏਗਾ, ਜਿਸ ਗੁਫਾ ਦੇ ਵਿੱਚ ਮਾਤਾ ਰਾਣੀ ਇਸ਼ਨਾਨ ਕਰਦੀਆਂ, ਜਿੱਥੇ ਗਊ ਦੇ ਉਹ ਚਾਰ ਥਣ ਉੱਥੋਂ ਪਾਣੀ ਟੱਪਦਾ, ਪਹਿਲੇ ਦੁੱਧ ਤਾਰਾ, ਔਰ ਫਿਰ ਉਹ ਦੇਵਕਾ ਜੀਆਂ ਸੰਗਮ ਦੇ ਵਿੱਚ ਹੋਈ ਹੈ, ਤਾਂ ਅਸੀਂ ਦੇਖਿਆ ਫਿਰ ਗੁਪਤ ਰੂਪ ਚੱਲਦੀ ਹੈ, ਗੁਪਤ ਰੂਪ 'ਚ ਉਹ ਉਧਮਪੁਰ 'ਚ ਨਿਕਲਦੀਆਂ, ਫਿਰ ਉੱਥੋਂ ਦਾ ਗੁਪਤ ਹੁੰਦੀਆਂ, ਅਤੇ ਦੁਬਾਰਾ ਜਿੰਦਰਾ ਨਿਕਲਦੀਆਂ, ਫਿਰ ਜਿੰਦਰਾ ਦਾ ਗੁਪਤ ਹੁੰਦੀਆਂ, ਅਤੇ ਪਾਰ ਪਰਮੰਡਲ ਅਤੇ ਉੱਤਰ ਵਹਿਣੀ 'ਚ ਜਿਲ੍ਹਾ ਦੇਖਣਾ ਪ੍ਰਯਾਗਰਾਜ ਦਾ ਪੂਰਾ ਸੰਗਮ ਬਣਦਾ, ਉੱਤਰ ਦੀ ਤਰਫ ਦਿਸ਼ਾ 'ਚ ਬਈ ਹੈ, ਅਤੇ ਉਹ ਦੇਵਕਾ ਚੱਲਦੀ ਹੈ। ਅਤੇ ਮਾਤਾ ਗੌਰਾਂ ਜਿਹਾਂ ਮਾਤਾ ਬਾਬਾ ਭੋਲੇ ਦੇ ਅਗਰ ਜਿਹੜੇ ਵੀ ਅਨੁਯਾਈ ਦਰਸ਼ਨ ਕਰਦੇ ਨੇ, ਅਤੇ ਆਖਦੇ ਨੇ ਵੀ ਗੰਗਾ ਮਾਤਾ ਕੀ ਭਗਵਾਨ ਕੋਲ ਵਰਦਾਨ ਮਿਲਿਆ ਮਰਨ ਉਪਰੰਤ ਮੋਕਸ਼ ਦਾ, ਔਰ ਜਿੱਤੇ ਜੀ ਅਗਰ ਕਿਸੇ ਨੇ ਮੋਕਸ਼ ਪਾਉਣਾ ਤਾਂ ਉਹ ਹੈ ਦੇਵਕਾ ਦਾ ਇਸ਼ਨਾਨ ਕਰਨਾ, ਔਰ ਦੇਵਕ ਮਾਤਾ ਕੋਲ ਆਸ਼ੀਰਵਾਦ ਪ੍ਰਾਪਤ ਕਰਨਾ। ਇਹ ਪ੍ਰਿਆਸ ਹੈ ਸਾਡਾ ਕਿ ਅਸੀਂ ਤੁਹਾਡੇ ਤੱਕ ਪਜਾਇਆ, ਅੱਜ ਅਸੀਂ ਦਰਸ਼ਨ ਕਰਵਾਇਆ, ਆਸ਼ੀਰਵਾਦ ਤੁਹਾਡੇ ਤੱਕ ਪੁੱਜਿਆ, ਅਤੇ ਹੁਣ ਹੋਰ ਇਲਾਕੇ ਦੀ ਸੁੱਧ ਲੈਂਦੇ ਹਾਂ, ਹੋਰ ਕੁਛ ਲੱਭਦਾ ਉਹ ਵੀ ਤੁਹਾਡੇ ਤੱਕ ਪਜਾਉਣ ਦਾ ਪ੍ਰਿਆਸ ਕਰਨਾ। ਜੈ ਗੌਰੀ ਮਾਣੀ, ਜੈਕਾਰਾ ਗੌਰੀ ਮਈਆ, ਬੋਲ ਸਾਂਝੇ ਦਰਬਾਰ ਕੀ ਜੈ, ਜੈਕਾਰਾ ਸ਼ਿਵ ਸ਼ੰਕਰ ਭੋਲੇਨਾਥ, ਬੋਲ ਸਾਂਝੇ ਦਰਬਾਰ ਕੀ ਜੈ। ਦੇਖੋ ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀਂ ਕੰਨੇ ਦੇਖ। ਦਰਸ਼ਕੋ ਅੰਦਰ ਜਿਹੜੇ ਮਹੰਤ ਜੀ ਅਸੀਂ ਦੱਸਿਆ ਕਰਦੇ ਵੀ ਜਿਹੜੇ ਮਹੰਤ ਗਿਰੀ ਸ਼ਾਮਗਿਰੀ ਜੀ ਮਹਾਰਾਜ ਜਿਹੜੇ ਮਾਤਾ ਦੇ ਇਸ਼ਨਾਨ ਕਰਨ ਦੇ ਬਾਅਦ 'ਚ ਉਹਦੀ ਪੂਜਾ ਆਰਤੀ ਵਾਸਤੇ ਪੁਸ਼ਪ ਲੈਣ ਵਾਸਤੇ ਸ਼ੰਕਰਾਚਾਰਿਆ ਮੰਦਿਰ ਜਾਂਦੇ, ਇਸ ਇੱਥੋਂ ਨਿਕਲੀ ਗੁਫਾ ਦਾ ਇਹ ਉਹਦੀ ਸਮਾਧ ਹੈ ਜਿਹੜੀ ਜਿੰਦੀ ਸਮਾਧ ਹੈ ਉਹਦੀ। ਔਰ ਕੰਨੇ ਇੱਥੇ ਦਿਖਾਉਣਾ ਕਿ ਬਾਬਾ ਸ਼੍ਰੀ ਪੂਰਨਗਿਰੀ ਜੀ ਜਿਹੜੇ ਇੱਥੋਂ ਦੇ ਮੁੱਖ ਮੰਤਰੀ ਨੇ, ਔਰ ਅੱਜ ਉਹਦਾ ਗਿਆ ਪਰਿਵਾਰ ਜਿਹੜਾ
ਇੱਥੇ ਪੂਜਾ ਅਰਚਨਾ ਕਰਨ ਦਾ ਉਹਨੇ ਦਾਇਤਵ ਮਿਲੇ ਦਾ। ਅਸ ਅੰਦਰ ਜਿੰਨੇ ਵੀ ਮਹੰਤ ਦਿਖਣੇ ਆ ਉਹ ਇਹਦੇ ਪਰਿਵਾਰ 'ਤੇ ਅੱਗੇ ਚਲਾ ਕਰਦੇ, ਕੁਲਿਆਂ ਦੇ ਕੁਲ ਜਿਹੜੇ ਨੇ ਉਹ ਪਰਿਵਾਰ ਇੱਥੇ ਪੂਜਾ ਅਰਚਨਾ ਕਰਾ ਕਰਦੇ ਨੇ, ਇਹਦੇ ਦਰਸ਼ਨ ਕਰਵਾਏ ਨੇ। ਉਮਾਪਤੀ ਮਹਾਦੇਵ ਜੀ ਦੇ ਗਣਪਤੀ ਗੋਦੀ ਦੇ ਵਿੱਚ ਇੱਕ ਪ੍ਰਤਿਮਾ ਹੈ, ਲਕਸ਼ਮੀ ਨਾਰਾਇਣ ਜੀ ਦੀ ਵੀ ਪ੍ਰਤਿਮਾ ਹੈ। ਜਿਹੜਾ ਇੱਥੇ ਆਓ ਅਤੇ ਆਸਥਾ ਜਿਹੜੀ ਹੈ ਉਹ ਆਪਣਾ ਆਪ ਜਾਗਦੀ ਹੈ ਔਰ ਭਗਤੀ ਭਾਵ ਜਿਹੜੇ ਲੋਕ ਨੇ ਉਹ ਉਭਰੀਏ ਬਾਹਰ ਆਉਂਦੇ ਨੇ ਔਰ ਕੰਨੇ ਕੇ ਇੱਥੋਂ ਦਾ ਲੋਕ ਦਰਸ਼ਨ ਕਰੀਏ ਬਾਅਦ 'ਚ ਜਾਂਦੇ ਨੇ ਸਾਡੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ। ਪੂਰਨਗਿਰੀ ਜੀ ਦਾ ਦਰਸ਼ਨ ਤਾਂ ਹੋਏ ਨਾ, ਫਿਰ ਉਹ ਚਲੀ ਹੁੰਦੇ ਨੇ ਇੱਥੋਂ ਦਾ ਸ਼ੁੱਧ ਮਹਾਦੇਵ ਦੇ ਦਰਸ਼ਨ ਕਰਨ ਔਰ ਕੰਨੇ ਗਏ ਫਿਰ ਮਾਨ ਤਲਾਈ ਦੇ ਵਿੱਚ ਮਾਤਾ ਅਪਰਨਾ ਦਾ ਮੰਦਰ ਜਿਹੜਾ ਬਣਦਾ ਔਰ ਮਾਤਾ ਜਿਸ ਕੁੰਡ ਦੇ ਵਿੱਚ ਉਹਨੇ ਪ੍ਰਣੇ ਸੂਤਰ 'ਚ ਬੰਦੇ ਆਪਣੀ ਲਾਮਾ ਫੇਰੇ ਲਏ ਉਹ ਕੁੰਡ ਵੀ ਅੱਜ ਸਥਾਪਿਤ ਹੈ, ਲੋਕ ਉੱਥੋਂ ਦੇ ਵੀ ਦਰਸ਼ਨ ਕਰਦੇ ਨੇ। ਦਰਸ਼ਕੋ ਮੰਦਰ 'ਤੇ ਮੱਥਾ ਟੇਕਿਆ, ਹੁਣ ਮੰਦਰ ਦੀ ਕਮੇਟੀ ਜਿਹੜੀ ਖਾਸ ਕਰੀ ਇੱਥੇ ਬਣਦੀ ਹੈ ਉਹ ਟਰੱਸਟ ਬਣਦਾ, ਉਸ ਟਰੱਸਟ ਦੇ ਵੀ ਕੁਛ ਸਦੱਸ ਸਾਡੇ ਕੰਨੜ ਔਰ ਪੂਰਵ ਸਰਪੰਚ ਨੇ ਸਾਡੇ ਇਸ ਕਟਵਾਲਟ ਪੰਚਾਇਤ ਦੇ ਸਾਡਾ ਸੋਮਰਾਜ ਜੀ। ਸੋਮਰਾਜ ਜੀ ਤੁਹਾਡਾ ਸਵਾਗਤ ਹੈ। ਖਾਸ ਕਰੀਏ ਮਾਤਾ ਗੌਰਾਂ ਦਾ ਜ਼ਿਕਰ ਕੀਤਾ ਜਾ, ਜਿਹੜਾ ਇੱਥੇ ਮੰਦਰ ਹੈ ਇੱਕ ਜਿਹੜੀ ਤੀਰਥ ਸ਼ਰੰਖਲਾ ਪੂਰੀ ਹੈ ਤੁਹਾਡੇ ਇਸ ਇਲਾਕੇ ਦੀ ਹੈ, ਉਹਦੇ ਵਿੱਚ ਇੱਕ ਵੀ ਬੜਾ ਇਤਿਹਾਸਿਕ ਜਗ੍ਹਾ ਹੈ। ਕਿੰਨੀ ਆਸਥਾ ਲੋਕਾਂ ਦੀ ਔਰ ਕਿੰਨੇ ਲੋਕ ਇੱਥੇ ਆਉਂਦੇ ਔਰ ਜਿਹੜੀ ਤੁਹਾਡੀ ਸੰਸਥਾ ਹੈ ਉਹਨੇ ਕੀ ਕੀ ਵਿਵਸਾਏ ਇੱਥੇ ਕੀਤੇ ਨੇ? ਪ੍ਰਬੰਧ ਧੰਨਵਾਦ ਪ੍ਰਵੀਨ ਜੀ। ਇਹ ਜਿਹੜਾ ਸਾਡਾ ਗੋਰੀਕੁੰਡ ਦਾ ਮੰਦਰ ਹੈ, ਇੱਥੇ ਪਹਿਲਾਂ ਇਹ ਮੰਦਰ ਵੀ ਜਿਵੇਂ ਸੁੱਧ ਮਹਾਂਦੇਵ ਔਰ ਮਾਨਤਲਾਈ ਦੇ ਮੰਦਰ ਨੇ ਧਰਮਰਥ ਟਰੱਸਟ ਕੋਲ, ਤੋ ਇਹ ਮੰਦਰ ਵੀ ਉਹਦਾ ਕੋਲ ਹਾ, ਲੇਕਿਨ 2018 'ਚ ਅਸੀਂ ਇਹ ਮੰਦਰ ਜਿਹੜਾ ਹਾ ਧਰਮਰਥ ਕੋਲ ਆ, ਬੜੀ ਜਦੋ ਜਹਿਦ ਦੇ ਤਹਿਤ ਇਹ ਮੰਦਰ ਵਾਪਸ ਲਿਆ ਹੈ। ਵਾਪਸ ਇਸ ਲਈ ਲਿਆ ਕਿ ਉਹਨੇ ਅੱਜ ਦਿਨ ਤੱਕ ਕੋਈ ਇੱਥੇ ਡਿਵੈਲਪਮੈਂਟ ਇੱਕ ਬਾਥਰੂਮ ਤੱਕ ਇੱਥੇ ਨਹੀਂ ਹਾ। ਤੋ ਅੱਜ ਤੁਸੀਂ ਸਭ ਕੁਛ ਲੱਭਦਾ ਇੱਥੇ ਕਿ ਅੱਜ 4-5 ਸਾਲ 'ਚ ਇੱਥੇ ਕਿੰਨਾ ਕੁਛ ਬਣਿਆ, ਵਿੱਚ 2 ਸਾਲ ਕਰੋਨਾ ਵੀ ਰਿਹਾ। ਤੋ ਇੱਥੇ ਸਾਡੀ ਜੇ ਕਿ ਇੱਕ ਲੋਕਲ ਆਪਣੀ ਸੰਸਥਾ ਇੱਥੋਂ ਦੀ ਸਮਿਤੀ, ਤੋ ਉਹ ਅਸੀਂ ਇਸ ਮੰਦਰ ਦੀ ਦੇਖ ਰੇਖ ਕਰਦੀ। ਤੋ ਬਾਕੀ ਜਿਵੇਂ ਤੁਸੀਂ ਆਖਦੇ ਕਿ ਯਾਤਰਾ, ਤੋ ਯਾਤਰਾ ਇੱਥੇ 12 ਮਹੀਨੇ ਚੱਲਦੀ, ਲੇਕਿਨ ਸਰਦੀਆਂ 'ਚ ਥੋੜ੍ਹੀ ਯਾਤਰਾ ਘਟੀ ਜਾਂਦੀ, ਲੇਕਿਨ ਜਿਹੜਾ ਜਿਸਲੇ ਮਾਰਚ ਟੂ ਅਗਸਤ ਸਤੰਬਰ ਤੱਕ ਇੱਥੇ ਰਸ਼ ਗਿਆ ਰਹਿੰਦਾ। ਤੋ ਵਿੱਚ ਜਿਹੜਾ ਮੇਲਾ ਵੀ ਸੁੱਧਮਾ ਦੇ ਆਮ ਦਾ, ਜਿਵੇਂ ਇਸ ਵਾਰੀ 21, 22 ਔਰ 23 ਜੂਨ ਕੀ ਮੇਲਾ ਹੋਇਆ, ਤੋ ਬੜੀ ਸੰਖਿਆ 'ਚ ਇੱਥੇ ਲੋਕ ਲੱਖਾਂ ਦੇ ਹਿਸਾਬ ਕਰਨੇ ਲੋਕ ਆਏ। ਅੱਜ ਵੀ ਤੁਸੀਂ ਦੇਖਿਆ ਕਿ ਲੋਕ ਆਵਾਦੇ ਗਏ। ਤੋ ਮੈਂ ਬੜਾ ਬੜਾ ਥੋੜ੍ਹਾ ਸ਼ੁਕਰੀਆ ਅਦਾ ਕਰਨਾ। ਬਾਕੀ ਅਸ ਗੌਰਮੈਂਟ ਅੱਗੇ ਇੱਕ ਰਿਕੁਐਸਟ ਕਰਨੇ ਹਾਂ, ਖਾਸ ਕਰੀਏ ਸਾਡੇ ਪ੍ਰਧਾਨ ਮੰਤਰੀ ਔਰ ਮੰਦਰਾਂ ਦੇ ਬਾਰੇ ਬੜਾ ਇੰਟਰਸਟ ਲੈਂਦੇ, ਜਿਵੇਂ ਕਿ ਸਾਡੇ ਜਤਿੰਦਰ ਸਿੰਘ ਔਰ ਸਾਡੇ PMO 'ਚ ਮੰਤਰੀ ਨੇ। ਤੋ ਅਸ ਚਾਹੁੰਦੇ ਕਿ ਸਾਡੀ ਇਹ ਜਿਹੜੀ ਰੋਡ ਹੈ ਗੋਰੀਕੁੰਡ ਔਰ ਪਤਨੀਟਾਪ ਸੁੱਧ ਮਹਾਂਦੇਵ ਵਾਲੀ, ਤੋ ਅਸ ਤੁਹਾਡੇ ਚੈਨਲ ਦੇ ਮਾਧਿਅਮ ਕਨੇ ਇਹ ਚਾਹੁੰਦੇ ਹਾਂ ਕਿ ਇਹ ਰੋਡ ਜਿਹੜੀ ਹੈ ਥਰੂ ਹੋਈ ਆ, ਇਹ ਰੋਡ ਕੋਈ 2 ਕਿਲੋਮੀਟਰ ਜਿਹੜੀ ਹੈ ਉਹ ਕਰਲਾ ਜਿਹੜਾ ਨਾਗ ਮੰਦਰ ਹੈ ਉੱਥੇ ਥੋੜ੍ਹਾ ਇਹਦਾ ਕਨੈਕਟੀਵਿਟੀ ਮਿਲਣੇ ਕੀ ਰਹੀ ਸੀ, ਬਾਕੀ ਰੋਡ ਜਿਹੜੀ ਹੈ ਥਰੂ ਹੋਈ ਦੀ। ਤੋ ਅਸ ਜਤਿੰਦਰ ਸਿੰਘ ਹੋਰ ਅੱਗੇ ਇਹ ਰਿਕੁਐਸਟ ਕਰਨੇ ਹਾਂ ਕਿ ਇਸ ਰੋਡ ਉੱਪਰ ਵੀ ਧਿਆਨ ਦਿੱਤਾ ਜਾ। ਦੂਆ ਸਾੜੀ ਜਿਵੇਂ ਦੇਵਕਾ, ਸਾਡੀਆਂ ਦੇਵਕਾਂ ਇੱਥੋਂ ਤੱਕ ਸ਼ੁਰੂ ਹੋਈਆਂ ਗੌਰੀਕੁੰਡ ਔਰ ਸੁੱਧ ਮਹਾਂਦੇਵ ਦਾ, ਥੱਲੇ ਇੱਕ ਬਿਨੀ ਸੰਗਮ ਜਗ੍ਹਾ ਪਾਉਂਦੀ, ਉੱਥੇ ਇਹਦਾ ਸੰਗਮ ਹੁੰਦਾ। ਔਰ ਉਹਦਾ ਬਾਅਦ ਤੁਸੀਂ ਜਿਵੇਂ ਦੱਸਿਆ ਕਿ ਇਹ ਉਧਮਪੁਰ ਆਪਣਾ ਪਰਮੰਡਲ ਉੱਤਰ ਬੈਨੀ ਜਾਈਏ ਨਿਕਲਦੀਆਂ, ਤੋ ਅਸ ਚਾਹੁੰਦੇ ਕਿ ਜਿਵੇਂ ਉਧਮਪੁਰ ਇੱਕ ਪ੍ਰੋਜੈਕਟ ਬਣਿਆ, ਤੋ ਅਸ ਚਾਹੁੰਦੇ
ਕਿ ਅਸੀਂ ਵੀ ਕਿਤੇ ਪ੍ਰੋਜੈਕਟ ਜਿਹੜਾ ਦਿੱਤਾ ਜਾ ਸਕਦਾ, ਨਿਕਾਸੀ ਹੋਈ ਦੀ ਹੈ ਦੇਖ ਮਾਤਾ ਦੀ, ਉੱਥੇ ਵੀ ਪ੍ਰੋਜੈਕਟ ਬਣਨਾ ਚਾਹੀਦਾ, ਪ੍ਰੋਜੈਕਟ ਬਣਨਾ ਚਾਹੀਦਾ ਔਰ ਇੱਥੇ ਵੀ ਸਾਫ ਸਫਾਈ ਜਿਹੜੀ ਹੈ ਹੋਣਾ ਚਾਹੀਦੀ। ਬਿਲਕੁਲ ਸੱਚ ਗੱਲਾਂ ਕਰਦੇ ਨੇ ਦੋਸਤੋ, ਇਹ ਧਰਮ ਅਰਥ ਜਿਹੜੇ ਤੀਰਥ ਸਥਲ ਨੇ, ਇਹ ਸੈਰ ਸਪਾਟੇ ਵਾਸਤੇ ਵੀ ਲੋਕ ਇਸ ਖੇਤਰ 'ਚ ਆਉਂਦੇ ਜੀ ਹੈ ਪਤਨੀਟਾਪ ਉੱਪਰ। ਅਗਰ ਪਤਨੀਟਾਪ ਦਾ ਇਹ ਸੜਕ ਸੰਪਰਕ ਬਣਿਆ ਤਾਂ ਮੇਰੇ ਖਿਆਲ 'ਚ ਉੱਥੋਂ ਦਾ ਜਿਹੜੇ ਸੈਰ ਸਪਾਟੇ ਵਾਸਤੇ ਲੋਕ ਆਉਣ, ਉਹ ਧਾਰਮਿਕ ਯਾਤਰਾ ਵਾਸਤੇ ਇਹਨੇ ਇਲਾਕਿਆਂ 'ਚ ਜ਼ਰੂਰ ਆਉਣ, ਕਿਉਂਕਿ ਇੱਥੋਂ ਦਾ ਅਗਰ ਲੰਬਾ ਫੇਰ ਪਾਈ ਹੈ ਬਾਇਆ ਚਨਾਣੀ ਹੋਈ ਹੈ ਉਹਨੇ ਇੱਧਰ ਆਉਣਾ ਹੋਇਆ ਤਾਂ ਸ਼ਾਇਦ ਉਹ ਕੋਈ ਆਪਣੇ ਸਮੇਂ ਦੀ ਉਸ ਹਿਸਾਬ ਢੰਗ ਕਰਨੇ ਸ਼ਾਇਦ ਚੱਲੀ ਜਾਣ। ਪਰ ਸਰਪੰਚ ਸਾਹਿਬ ਕੁਛ ਹੋਰ ਵੀ ਆਖਣਾ ਚਾਹੁੰਦੇ ਤੁਸੀਂ? ਸਰ ਇੱਕ ਮੈਂ ਥੋੜ੍ਹਾ ਗਿਆ, ਇੱਕ ਸਾਰੇ ਜਿਹੜੇ ਯਾਤਰੀ ਇੱਥੇ ਆਉਂਦੇ ਨੇ ਉਹਦਾ ਕਿਆ ਰਿਕੁਐਸਟ ਕਰਨਾ ਕਿ ਰਿਕੁਐਸਟ ਵੀ ਕਰਨਾ ਕਿ ਉਹ 12 ਮਹੀਨੇ ਆਉਣ, ਸਾਰਾ ਜਿਹੜਾ ਇੱਥੇ ਗੌਰੀਕੁੰਡ ਮੰਦਿਰ 'ਚ ਉਹ ਸੁਧਮਾਂ ਦੇ ਮੰਦਿਰ ਵਿੱਚ ਸਾਰੀਆਂ ਆਪਣੀਆਂ ਜਿਹੜੀਆਂ ਸਮਿਤੀਆਂ ਨੇ ਉਹ ਲੰਗਰ ਕੀ ਚਲਾ ਦੀਆਂ ਔਰ ਬਾਹਰਲੇ ਲੋਕ ਵੀ ਜਿਹੜੇ ਹਨ ਉਹ ਯੋਗਦਾਨ ਕਰਾਉਂਦੇ ਨੇ। 24 ਘੰਟੇ ਸਾਡਾ ਲੰਗਰ ਜਿਹੜਾ ਇੱਥੇ 3 ਸਾਲ ਕੋਲਾ ਕੰਟੀਨਿਊ ਚਲਾਦਾ ਔਰ ਲੋਕ 24 ਘੰਟੇ ਆ ਸਕਦੇ, ਰਹਿਣੇ ਦੀ ਵਿਵਸਥਾ ਵੀ ਹੈ, ਖਾਣੇ ਦੀ ਸਭ ਕੁਛ ਵਿਵਸਥਾ ਇੱਥੇ। ਬਿਲਕੁਲ, ਅਗਰ ਇਹਦੀ ਮੈਨੇਜਮੈਂਟ ਪੂਰੀ ਵਿਵਸਥਾ ਦਾ ਸਰਿਸ਼ਤਾ ਕਰਾ ਕਰਦੀ ਹੈ ਅਤੇ ਸ਼ਰਧਾਲੂਆਂ ਵਾਸਤੇ ਰਹਿਣੇ ਦੀ ਜਗ੍ਹਾ ਵੀ ਹੈ, ਖਾਣੇ ਪੀਣੇ ਦੀ ਵੀ ਹੈ, ਅਤੇ ਫਿਰ ਮੇਰੇ ਖਿਆਲ 'ਚ ਗਰਮੀ ਤੱਪਣੀ ਹੋਇਆ ਤਾਂ ਉਹਦੇ ਕੋਲ ਅੱਛਾ ਕਰਨੇ ਮਾਤਾ ਦੇ ਦਰਸ਼ਨ ਵੀ ਕਰ ਲਓ, ਕਹਿੰਦੇ ਇਸ ਠੰਡੇ ਇਲਾਕੇ 'ਚ ਆਈਏ, ਠੰਡੀ ਹਵਾ ਦਾ ਵੀ ਤੁਸੀਂ ਆਹਵਾਨ ਕਰ ਸਕਦੇ ਹੋ। ਅਤੇ ਸ਼ਰਧਾਲੂਆਂ ਕੀ ਔਰ ਖਾਸ ਕਰੀ ਜਿਹੜੇ ਸੈਰ ਸਪਾਟੇ ਵਾਸਤੇ ਪਤਨੀਟਾਪ ਜਾਂਦੇ ਨੇ ਉਹਦੇ ਅੱਗੇ ਮੇਰੀ ਵੀ ਇੱਕ ਅਪੀਲ ਹੈ ਭਾਈ, ਸੈਰ ਸਪਾਟਾ ਕਰੀ ਆਓ ਅਤੇ ਥੋੜ੍ਹਾ ਜਿਹਾ ਪਾਪ ਧੋਣੇ ਵਾਸਤੇ ਇਸ ਪੱਖੀ ਵੀ ਆਈ ਆਓ। ਪਰ ਇਸ ਇਲਾਕੇ 'ਚ ਆਉਣਾ ਹੋਇਆ ਇੱਕ ਹੋਰ ਮੇਰੀ ਵੀ ਅਪੀਲ ਹੈ ਕਿ ਪਲਾਸਟਿਕ ਦਾ ਜਿਹੜਾ ਅਸੀਂ ਦੇਖਦੇ ਹਾਂ ਵੀ ਮਤਾ ਸਾਰਾ ਲੋਕ ਬੋਤਲਾਂ ਖਾਲੀ ਸੁੱਟਦੇ ਨੇ, ਉਸੀ ਵੀ ਦਾ ਖਿਆਲ ਰੱਖਣਾ ਚਾਹੀਦਾ, ਕੋਈ ਡਸਟਬਿਨ 'ਚ ਪਾਉਣ ਅਤੇ ਹੁਣ ਹੋਰ ਇਲਾਕੇ ਦੀ ਟੋਹ ਲੈਂਦੇ, ਹੋਰ ਕਿਛ ਲੱਭਦਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਮੇਰੀ ਅੱਖੀ ਕੰਨੇ ਦੇਖੋ ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀ ਕੰਨੇ ਦੇਖ ਇਹ
ਗਣਪਤੀ ਗਣੇਸ਼ ਨੂੰ ਬਣਾਈਏ ਸਾਰੇ ਕੰਮ ਰਾਜ ਹੋਣਗੇ। ਉਹ ਤਾਂ ਗਾਉਣਗੇ ਕਿ ਕੰਮ ਕਾਜ ਜਿਲ੍ਹਾ ਆਉਂਦੇ ਪਏ ਸਾਰੇ ਕੋਲ ਪਹਿਲੇ ਜਿਹਦੀ ਵੀ ਪੂਜਾ ਹੁੰਦੀ ਉਹ ਪਹਿਲੇ ਗਣੇਸ਼ ਦੀ ਹੁੰਦੀ, ਕਿਉਂਕਿ ਗਣੇਸ਼ ਜੀ ਨੇ ਭਗਵਾਨ ਭੋਲੇਨਾਥ ਔਰ ਮਾਤਾ ਗੌਰਾਂਗੀ ਕੇ ਸਰਵੋਪਰੀ ਮੰਨਿਆ ਔਰ ਉਹਦੀ ਪਰਿਕਰਮਾ ਮਾਤਰ ਕਰਨੇ ਗਏ ਪੂਰੇ ਜਿਹੜੇ ਵਿਸ਼ਵ ਦੇ ਤੀਰਥ ਦਾ ਫਲ ਪਾਇਆ। ਜਿਹੜੇ ਮਾਤ ਪਿਤਾ ਦੀ ਸੇਵਾ ਕਰਦੇ ਹੋ ਉਹਦਾ ਹੈਗਾ ਨਾਂ ਪਹਿਲੇ ਹੁੰਦਾ, ਅਤੇ ਇਸ ਵਾਸਤੇ ਗਣਪਤੀ ਬੱਪਾ ਦਾ ਵੀ ਨਾਂ ਪਹਿਲੇ ਚੱਲਿਆ ਔਰ ਇੱਕ ਸੰਗਤ ਬੈਠੀ ਉਹਦੇ ਕਨੇ ਗੱਲ ਕਥ ਕਰਨੇ। ਕੀ ਨਾਂ ਜੀ ਤੁਹਾਡਾ? ਜੀ ਰਾਧਾ ਰਾਣੀ। ਰਾਧਾ ਜੀ ਕਿਹੜੀ ਜਗ੍ਹਾ ਦਾ ਆਇਆ? ਅਸੀਂ ਜੰਮੂ ਸਿਟੀ ਪੀਰ ਮਿੱਠਾ। ਪੀਰ ਮਿੱਠੇ ਦਾ ਆਇਓ ਜੀ, ਕਿੰਨੀ ਮੁਰਾਦ ਹੁੰਦੀ ਹੈ ਮਾਤਾ ਗੌਰਾਂ ਦੇ ਅੱਜ ਦਰਸ਼ਨ ਕਰਨੇ ਆ, ਜਿਹੜੀ ਸਾਡੀ ਡੋਗਰੀ ਦੀ ਧਿਆਨ ਵੀ ਹੈ ਔਰ ਬਾਬਾ ਬੋਲੇ ਸਾਡੇ ਦਮਾਦ ਦੇ ਰੂਪ 'ਚ ਨੇ, ਕਿੰਨਾ ਫਖਰ ਮਹਿਸੂਸ ਕਰਦੇ ਹੋ ਡੋਗਰੇ ਅਸ ਜਿਹੜੀ ਡੋਗਰੀ ਦੀ ਧਿਆਨ ਆ ਜਿਹੜੀਆਂ ਭਗਵਾਨ ਹੀ ਵੀ ਪਤੀ ਰੂਪ 'ਚ ਪਾਈ ਲੈਂਦੀ? ਹਾਂਜੀ, ਅਸੀਂ ਬਹੁਤ ਮਤਲਬ ਮਾਨਤਾ ਕਰਨੇ ਮਾਤਾ ਦੀ, ਸ਼ਿਵਜੀ ਭਗਵਾਨ ਦੀ, ਜਿੰਨੀ ਵੀ ਹੋ ਸਕੇ ਅਸੀਂ, ਬਹੁਤ ਸ਼ਰਧਾ ਸਾਡੀ ਜੀ। ਜੀ ਬਾਬਾ ਬੋਲੇ ਦੇ ਮੰਦਰ ਵੀ ਜਾਣਾ ਜਾਂ ਇੱਥੇ ਤੱਕ ਗਏ ਸਫ਼ਰ? ਨਹੀਂ, ਅਸੀਂ ਰੋਜ਼ ਜਾਂਦੇ ਹਾਂ ਬਿਨਾਂ ਗਏ, ਦੇਵੀ ਦੁਆਰਾ ਮੰਦਰ ਅਸੀਂ ਬਿਨਾਂ ਗਏ ਜਾਂਦੇ ਹਾਂ। ਦੇਵੀ ਦੁਆਰਾ ਜਾਂਦੇ ਤਾਂ ਅੱਜ ਸੁਧਮਾ ਦੇਵ, ਸੁਧਮਾ ਦੇਵ ਅਸੀਂ ਤੀਸਰੀ ਵਾਰੀ ਆਏ ਹਾਂ। ਤੀਸਰੀ ਵਾਰੀ ਜੀ, ਹਰ ਮੁਰਾਦ ਪੂਰੀ ਹੁੰਦੀ, ਹਰ ਮੁਰਾਦ ਪੂਰੀ ਹੁੰਦੀ ਹੈ। ਔਰ ਸਨਾਤਨ ਦੇ ਵਿੱਚ ਅਸੀਂ ਦੇਖਦੇ ਸਾਡੇ ਬੱਚੇ ਜਿਹੜੇ ਨੇ ਅੱਜ ਦੇ ਟਾਈਮ 'ਚ ਪੂਜਾ ਅਰਚਨਾ ਕੋਲ ਦੂਰ ਹਟਾ ਦੇਣ, ਪਰ ਇਹ ਲਈ ਜਗ੍ਹਾ ਪਰ ਅਗਰ ਬੱਚੇ ਲਿਆਉਂਦੇ ਹੋਣ ਤਾਂ ਕਿਆ ਉਹਦੇ 'ਚ ਆਸਥਾ ਜਾਗਦੀ ਹੈ? ਹਾਂਜੀ, ਜ਼ਰੂਰ ਜਾਂਦੀ ਹੈ, ਜ਼ਰੂਰ ਆਉਂਦੀ ਹੈ। ਮੇਰਾ ਬੇਟਾ, ਮੇਰਾ ਬੇਟਾ ਜੋ ਬੜਾ ਬੇਟਾ ਹੈ ਨਾ, ਉਹ ਤੋਂ ਇਸੀ ਕੋ ਮਾਨਤਾ ਹੈ, ਭਗਵਾਨ ਸ਼ਿਵ ਕੋ, ਜਹਾਂ ਵੀ ਉਜੈਨ, ਕੇਦਾਰਨਾਥ, ਅਮਰਨਾਥ, ਜਹਾਂ ਸਭੀ ਜਾਤਾ ਹੈ ਵੋ, ਮੇਰਾ ਮੇਰੇ ਬੱਚੇ ਦੋਨੋਂ ਜਾਤੇ ਹੈ, ਉਨਮੇਂ ਬੜੀ ਸ਼ਰਧਾ ਹੈ। ਬਿਲਕੁਲ ਦੋਸਤੋ, ਸ਼ਰਧਾ ਭਾਵ ਅਗਰ ਪਰਿਵਾਰ ਦੇ ਵਿੱਚ ਹੋਊ ਤਾਂ ਉਹਦੇ ਕੰਨੇ ਬੱਚੇ 'ਚ ਵੀ ਜਾਗਣਾ, ਅਤੇ ਔਰ ਇੱਕ ਮਾਤਾ ਗੌਰਾਂ ਦਾ ਵੀ ਭਜਨ ਅਗਰ ਤੁਹਾਡੇ ਵੱਲੋਂ ਸੁਣ ਜਾਏ ਤਾਂ ਤੁਸੀਂ ਸਾਰੇ ਸੁਣਾ ਗਿਓ। ਹਾਂਜੀ, ਸਾਧੂਆਂ ਦਾ ਟੋਲਾ ਬੰਬ ਬੋਲੇ ਬੋਲੇ ਬੋਲਦਾ, ਔਰ ਸੰਗਤ ਬੜੀ ਪਿਆਰੀ ਬੈਠੀ ਦੀ ਹੈ, ਇਹਦੇ ਕੰਨੇ ਗੱਲ ਕਰਤ ਵੀ ਕਰਨਾ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਸਰਿਤਾ ਰਾਣੀ। ਸਰਿਤਾ ਜੀ, ਬਾਬਾ ਬੋਲੇ ਦੀ ਧਰਤੀ ਪਰ ਆਓ, ਕਿੰਨਾ ਮਨਾ ਕੇ ਸਕੂਨ ਮਿਲਦਾ? ਬੜੀ ਖੁਸ਼ੀ ਹੁੰਦੀ ਹੈ, ਬੜੀ ਖੁਸ਼ੀ ਹੁੰਦੀ ਹੈ। ਅਤੇ ਬਾਬਾ ਬੋਲੇ ਸਾਡੇ ਡੋਗਰਿਆਂ ਦੇ ਦਾਮਾਦ ਵੀ ਹੈ, ਉਸੀ ਦੇਖੀਏ ਵੀ ਮਨਾ ਕਿਸੇ ਹੁੰਦਾ ਭਾਈ ਸਾਡੇ ਦਾਮਾਦ ਕੇ ਬੜੇ ਪਰਮ ਪਿਤਾ ਪਰਮੇਸ਼ਵਰ? ਹਾਂਜੀ, ਇਹ ਸਾਡੇ, ਮੈਂ ਪ੍ਰਜਾਪਤੀ ਹੁੰਦੀ ਹਾਂ, ਬੋਲੋ ਬਾਬਾ ਸਾਡੇ ਜਵਾਈ ਸਾਹਿਬ ਗੌਰਾ ਮਈਆ ਸਾਡੀ ਜਾਤ ਦੀ ਹੀ, ਕੁਮਾਰ ਜਾਤ ਦੀ,
ਮਾਤਾ ਕੋਲ ਸਿੱਖਿਆ ਮਿਲਦੀ ਹੈ ਕਿ ਅਗਰ ਸਾਡੀਆਂ ਦੇਵੀਆਂ ਜੀਆਂ ਅਸੀਂ ਦੇਖਣੇ ਆ ਵੀ ਸਾਡੀ ਕੰਜਕ ਜਿਹੜੀ ਹੈ ਉਹਦੇ ਅਸੀਂ ਪੈਰ ਤੋਂ ਹੀ ਪੀਂਦੇ ਹਾਂ, ਕਿਉਂਕਿ ਸਾਡੀਆਂ ਕੰਜਕਾਂ ਜਿਹੜੀਆਂ ਹਨ ਉਹ ਇੰਨੀਆਂ ਸ਼ਕਤੀਸ਼ਾਲੀ ਨੇ ਉਹ ਭਗਵਾਨ ਕੀ ਪਤੀ ਰੂਪ 'ਚ ਪਾਈ ਲੈਂਦੀਆਂ, ਤੋ ਉਹਨੇ ਤਾਂ ਗਿਆ ਅਸੀਂ ਉਹਨੇ ਕੀ ਪੈਰਾਂ 'ਤੇ ਲਾਉਂਦੇ ਹਾਂ। ਪਰ ਜਿਹੜਾ ਉਹ ਕੰਜਕ ਵੱਡੀ ਹੁੰਦੀ ਸ਼ਕਤੀ ਸਵਰੂਪ ਹੁੰਦੀ, ਨੂੰਹ ਬਣੀਆਂ ਘਰ ਆਉਂਦੀ ਤਾਂ ਉਹਦੇ ਪਰ ਅੱਤਿਆਚਾਰ ਵੀ ਅਸੀਂ ਸਮਾਜ ਦੇ ਵਿੱਚ ਕਰਨੇ ਹਾਂ, ਕਿਆ ਐਸਾ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ, ਬਿਲਕੁਲ ਗਲਤ। ਪਰ ਕਰਨੇ ਦੇ ਵੀ ਸਾਡੀ ਕੀ ਦੁਨੀਆ, ਲੇਕਿਨ ਨਹੀਂ ਕਰਨਾ ਚਾਹੀਦਾ, ਇਹ ਗਲਤ ਹੈ। ਇਹ ਸਾਡੀਆਂ ਆਪਣੀਆਂ ਬੇਟੀਆਂ ਸਾਡੀਆਂ, ਇਹ ਸ਼ਕਤੀ ਹੈ, ਇਹ ਸਮਝਦੇ ਨਹੀਂ ਹੈ, ਲੋਕ ਨਹੀਂ ਸਮਝਦੇ ਹੈ, ਲੇਕਿਨ ਇਹ ਸ਼ਕਤੀ ਹੈ, ਇਹਨੇ ਹੀ ਸਾਕਸ਼ਾਤ ਪੂਜਣਾ ਚਾਹੀਦਾ, ਮੰਨਣਾ ਚਾਹੀਦਾ। ਮੈਂ ਤਾਂ ਮਾਤਾ ਰਾਣੀ ਗੋਰਾ ਮਈਆ ਸਾਡੇ ਰੋਮ ਰੋਮ 'ਚ ਵੱਜਦੀ ਹੈ, ਇਹੋ ਰਾਧਾ ਨੇ, ਇਹੋ ਸੀਤਾ ਨੇ, ਇਹੋ ਸਾਰੇ ਸ਼ਿਵ ਸ਼ਕਤੀ ਹੈ, ਅਸੀਂ ਨਹੀਂ ਬੜਾ ਮੰਨਦੇ ਹਾਂ। ਔਰ ਡੋਗਰੇ ਪਰ ਕਿੰਨਾ ਉਪਕਾਰ ਹੈ, ਸਾਰੇ ਦੇਵੀ ਦੇਵਤਾ ਵੀ ਇੱਥੇ ਵਾਸ ਕਰਦੇ, ਜੰਮੂ 'ਚ ਵਾਸ ਕਰਦੇ ਨੇ ਸਾਰੇ। ਬਿਲਕੁਲ ਸੱਚ ਗੱਲਾਂ ਕਰਦੇ ਨੇ ਦੋਸਤੋ, ਕਿ ਡੋਗਰੇ ਜਿੰਨੇ ਮਨਾਂ ਦੇ ਸੱਚੇ ਹੁੰਦੇ ਨੇ ਔਰ ਜਿੰਨੀ ਕੁ ਮਿੱਠੀ ਜ਼ਬਾਨ ਹੈ ਇਹਦੀ, ਭਗਵਾਨ ਜਿਹੜੇ ਸਾਰੇ ਡੋਗਰਿਆਂ ਕੰਨੇ ਪਿਆਰ ਕਰਦੇ ਨੇ। ਮਾਤਾ ਅਗਰ ਦੇਖੋ, ਮਾਤਾ ਰਾਣੀ ਇੱਥੇ ਆਈ ਹੈ, ਬੱਸੀ ਦੀ ਹੈ ਸਾਡੇ ਤ੍ਰਿਕੂਟ ਪਰਬਤ 'ਚ, ਮਾਤਾ ਗੌਰਾਂ ਪਿਓਕੀ ਇੱਥੇ ਨੇ, ਬਾਬਾ ਭੋਲੇ ਪਤੀ ਰੂਪ 'ਚ ਆਏ ਨੇ, ਅਤੇ ਸਾਡੇ ਅਸੀਂ ਦੇਖਣਾ ਕਿ ਜਿਹੜਾ ਜਮਾਮੰਤੀ ਗੁਫਾ ਸਾਡੀ ਜਮਾਮੰਤ ਦੀ, ਜਮਾਮੰਤੀ ਵੀ ਸਾਡੀ ਡੋਗਰੀ ਦੀ ਧਿਆਨ ਹੀ, ਜਿਹੜੀ ਭਗਵਾਨ ਵਿਸ਼ਨੂੰ ਕੀ ਪਤੀ ਰੂਪ 'ਚ ਉਹਨੇ ਵੀ ਪਾਇਆ ਹੈ। ਅਸੀਂ ਡੋਗਰੇ ਆਪਣੇ ਆਪ ਕੀ ਪੜਵਾਗੀ ਸਮਝਦੇ ਹਾਂ। ਦੋਸਤੋ, ਅੱਜ ਮਾਤਾ ਗੌਰਾਂ ਦੀ ਤਪੋ ਭੂਮੀ ਦੇ ਵਿੱਚ ਵੀ ਹੈ, ਭਗਤੀ ਭਾਵ ਦਾ ਰਸ ਲੱਭਾ ਕਰਦਾ, ਔਰ ਅਸੀਂ ਵੀ ਪ੍ਰਯਾਸ ਕਰਿਆ ਕਰਦੇ ਹਾਂ ਕਿ ਇੱਥੇ ਜਿਹੜੀ ਭਜਨ ਗਾਹ ਕਰਦੇ ਹਨ ਸੰਗਤਾਂ, ਉਹਦੇ ਕੰਨੇ ਗੱਲ ਕਥ ਕਰੀਏ, ਉਹਦੇ ਮਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾ ਚੇ। ਇੱਕ ਬਜ਼ੁਰਗ ਮਾਂ, ਉਹਦੇ ਕੰਨੇ ਵੀ ਗੱਲ ਕਥ ਕਰਦੇ ਹਾਂ। ਮਾਂ, ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਰਾਜਕੁਮਾਰੀ। ਮਾਂ ਰਾਜਕੁਮਾਰੀ,
ਰਾਜ ਥੋਂਦਾ ਜੇ ਘਰ ਨੂੰ ਆ ਰਾਜ ਕਰਵਾਣ ਤੇ ਨੂੰਆਂ ਕਰਾਂਦੀਆਂ ਨੇ ਕਿੰਨੀਆਂ ਨੂੰਆਂ ਮਾਂ ਤਰੇ ਤਰੇ ਪਰ ਦੰਦੀ ਨਹੀਂ ਟੁੱਕੀ ਹੈ ਨਾ ਦੰਦੀ ਟੁੱਕੀ ਹੈ ਹੰਨੀ ਲੱਭੀ ਹੈ ਟੁੱਕੀ ਹੈ ਪੁੱਤਰੇ ਨੇ ਪੁੱਛਦੇ ਤਾਂ ਛਾਲੀਆਂ ਕਰਨਾ ਤੇ ਨੂੰਆਂ ਨਹੀਂ ਬਾਰੇ ਦੰਦਰੇ ਇਹ ਨਹੀਂ ਹੁੰਦਾ ਟੁੱਕੜੇ ਦੰਦ ਘੜੀ ਰਹਦੇ ਹਨ ਇੱਕ ਜਿੱਚੀਆਂ ਪੱਟੀ ਪੱਟੀ ਕਸਾਈੜੇ ਤੇ ਦੁਨੀਆਂ ਦੇ ਨਹੀਂ 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 ਮਾਣਿਆ ਨੂੰਆਂ ਮਾੜੀਆਂ ਬੜੀਆਂ ਕੱਲਾ ਇਹ ਨਾ ਜੁਗਿਆ ਓਏ ਇੰਦੀ ਬਦੌਲਤ ਮਾਤਾ ਰਾਣੀ ਦੀ ਤੁਸੀਂ ਪੂਜਾ ਕਰਦੇ ਇੰਦੀ ਬਦੌਲਤ ਇਹ ਸ਼ਾਂਤ ਕਰਨਾ ਹੋਇਆ ਨੂੰਹੇ ਕੀਲਣਾ ਹੋਇਆ ਤੇ ਭਗਵਾਨ ਦੀ ਭਗਤੀ ਕਰ ਲਓ ਤੇ ਨੂੰਹਾਂ ਕਿੱਲੀ ਹੁੰਦੀ ਹੈ ਜ਼ੋਰਾਵਰ ਹੋ ਜਾਂਦੀਆਂ ਮਾਂ ਔਰ ਇੱਕ ਮਾਂ ਖਾਸ ਕਰੀਏ ਦੇਖੇ ਜਾ ਤੇ ਪਹਿਲੇ ਤੁਸੀਂ ਬਥੇਰੇ ਗੋਡੇ ਦਵਾਏ ਦੇ ਨਾ ਆਪਣੀਆਂ ਸਸਰੀਆਂ ਦੇ ਤੇ ਤੁਹਾਡੇ ਤੇ ਹੱਥ ਨਹੀਂ ਲਾਉਂਦੀਆਂ ਨੇ ਨਹੀਂ ਦਵਾਉਂਦੀਆਂ ਮਾਂ ਸੱਚੀ ਸੁਣਾਇਓ ਆਰਾਮ ਬੈਠੇ ਬੈਠੇ ਦਿਆਂ ਟੈ ਦਵਾਉਂਦੀਆਂ ਹੱਥਾ ਕੰਨੇ ਜਾਂ ਡੰਡੇ ਕੰਨੇ ਨਹੀਂ ਡੰਡੇ ਕੰਨੇ ਨਹੀਂ ਬੱਚਿਆ ਝੂਠ ਹੀ ਮਾਰਨਾ ਉਹ ਛੰਦੇ ਦਵਾਉਂਦੀ ਜਾਂ ਡੰਡਾ ਨਹੀਂ ਸਾਰੀਆਂ ਵਾਰੀ ਵਾਰੀ ਵੱਖ ਵਾਰੀਆਂ ਜੇ ਇੱਕ ਦੋ ਵੱਖ ਹੋਈ ਜਿਹੜੀ ਇੱਕ ਉਹ ਵੀ ਵਾਰੀ ਆਉਣੀ ਉੱਥੇ ਸ਼ਾਮੀ ਉਹਨਾਂ ਨੂੰ ਦਵਾਉਣ ਕਈ ਮਾਰੀਏ ਤੇ ਮੀਨਾ ਸਦਿਆ ਨਾ ਜਾਇਓ ਬੇਟੇ ਮਾਣਾ ਸੀਤਾ ਨੇ ਕਈ ਮਾਰੀਏ ਮੀਨਾ ਸਦਿਆ ਨਾ ਜਾਇਓ ਬੇਟੇ ਤਾਕ ਦਾਈ ਹੈ ਗੇਰਾ ਪਿਤਾ ਜੀ ਦੇ ਜਗ ਮੇ ਸਾਰੇ ਮੋਹੀ ਆਪਣੀ ਪਿਤਾ ਜੀ ਦੇ ਜਗ ਮੇ ਸਾਰੇ ਮੋਹੀ ਆਪਣੀ ਕਾਂਦੇ ਪੈਂਦੀ ਹੈ ਪਾਲੀ ਤੇਰੇ ਦੇਵਰ ਪਟਾਰੀ ਹੋਰ ਵੇ ਕਾਂਦੇ ਪੈਂਦੀ ਹੈ ਪਾਲੀ ਪਾਣੀ ਅੱਖੀਆਂ ਗਾਏ ਬੈ ਗਿਆ ਬਸੋਰਾ ਤੇਰਾ ਪੈਲੀਆਂ ਪਾਣੀ ਅੱਖੀਆਂ ਗਾਏ ਬੈ ਗਿਆ ਬਸੋਰਾ ਤੇਰਾ ਪੈਲੀਆਂ ਦੋਸਤੋ ਇਸ ਭਜਨ ਦੇ ਵਿੱਚ ਅਸੀਂ ਕਿਹਾ ਕਰਦੇ ਹਾਂ ਰਾਜਾ ਜਲੰਧਰ ਦੀ ਸੁਪੁੱਤਰੀ ਮਾਤਾ ਗੌਰਾ ਮਾਤਾ ਪਾਰਵਤੀ ਜਿਵੇਂ ਬਿਨਾਂ ਪਤੀ ਦੀ ਆਗਿਆ ਦੇ ਜਾਂ ਬਿਨਾਂ ਬੁਲਾਏ ਦੇ ਮਾਇਕੇ ਜਾਂਦੀ ਹੈ ਤਾਂ ਉਹਦੇ ਲਈ ਤਾਨੇ ਮਿਲਦੇ ਉਹ ਸਤੀ ਹੋਣਾ ਪੈਂਦਾ ਅਤੇ ਉਹਦੇ ਵਿੱਚ ਗਏ ਇਹ ਜਿਹੜੇ ਭਜਨ ਜਿਵੇਂ ਸੰਗਤ ਨੇ ਗਾਇਆ ਇਹਦੇ ਕਰਕੇ ਕੀ ਨਾਮ ਤੁਹਾਡਾ ਮੋਨਿਕਾ ਜੀ ਇਸ ਭਜਨ 'ਚ ਸਿੱਖਿਆ ਹੈ ਕਿ ਪਤੀ ਦੀ ਆਗਿਆ ਦੇ ਬਿਨਾਂ ਔਰ ਪਿਓਕੇ ਦੇ ਬੁਲਾਵੇ ਦੇ ਬਿਨਾਂ ਮਾਇਕੇ ਨਹੀਂ ਜਾਣਾ ਚਾਹੀਦਾ ਕਿਆ ਇਹ ਸਿੱਖਿਆ ਅੱਜ ਕੱਲ੍ਹ ਦੀਆਂ ਔਰਤਾਂ ਡੋਗਰੀ ਬੋਲੀ ਲੈਂਦੇ ਡੋਗਰੀ ਬੋਲੋ ਤੇ ਬੜਾ ਅੱਛਾ ਲੱਗਦਾ ਡੋਗਰੀ ਚ ਬੋਲੋ ਤੇ ਅੱਛਾ ਲੱਗੂ ਪ੍ਰੋਗਰਾਮ ਸਾਡਾ ਡੋਗਰੀ
ਅੱਜ ਅਸੀਂ ਸਿੱਖਿਆ ਕਰਨਾ ਕਿ ਸਮਾਜ ਦੇ ਵਿੱਚ ਬੜੀ ਤਬਦੀਲੀ, ਮਤਾ ਗਿਆਨ ਪੜ੍ਹੇ ਲਿਖੇ ਦੇ ਬੱਚੇ, ਪਰ ਉਹ ਜਿਹੜੇ ਅਧਿਆਤਮਿਕ ਗੁਣ ਨੇ ਉਹਦੇ ਕੋਲ ਅਧੂਰੀ ਦਵਾ ਕਰਦੀ। ਕੀ ਆਖਣਾ ਚਾਹੁੰਦੇ ਨੇ? ਅਧਿਆਤਮਿਕ ਗੁਣ ਵੀ ਆਉਣਾ ਚਾਹੀਦੇ ਪੜ੍ਹਾਈ ਦੇ ਕੰਮ ਵਿੱਚ। ਹਾਂਜੀ, ਸ਼ੁੱਧ ਵੀ ਆਉਣੇ ਚਾਹੀਦੇ ਨੇ, ਜ਼ਿਆਦਾ ਐਜੂਕੇਸ਼ਨ ਆ ਕਿ ਹਮਾਰੇ ਸੰਸਕਾਰ ਜਿਹੜੇ ਮਤਲਬ ਕਿ ਨਹੀਂ ਆ, ਥੋੜ੍ਹੇ ਪਤਾ ਨਹੀਂ ਚੱਲਦਾ। ਅੱਜ ਸਿੱਖਿਆ ਜਿਵੇਂ ਮੈਂ ਪਹਿਲੇ ਆਖਣਾ ਬਹੁਤ ਬਥੇਰੀ ਹੈ, ਪਰ ਅਗਰ ਤੁਸੀਂ ਪੁੱਛਿਆ ਗਿਆ ਕਿ ਸ਼ਰਾਬੀ ਨੂੰ ਕਿੱਥੋਂ ਹੁੰਦੀਆਂ ਨੇ, ਪੁਰਾਣੇ ਬਜ਼ੁਰਗ ਪੜ੍ਹਦੇ ਨਹੀਂ ਹੁੰਦੇ, ਪਰ ਤਿੱਥਾਂ ਉਹਨਾਂ ਸਾਰੀਆਂ ਪਤਾ ਲੱਗਦੀਆਂ। ਇੱਕ ਦੂਜੇ ਕੋਲ ਪੁੱਛ ਲੈਂਦੇ ਕਿ ਕਿਹੜੀ ਤਿੱਥ ਦੀ ਕਿਹੜੇ ਬਜ਼ੁਰਗ ਦਾ ਸ਼ਰਾਧ ਹੁੰਦਾ, ਉਹ ਸ਼ਰਾਧ ਪਿੱਤਰ ਕਰਦੇ, ਆਉਣ ਵਾਲੀ ਪੀੜ੍ਹੀ ਜਿਹੜੇ ਚ ਪਤਾ ਉਹਦਾ ਕਰਨਾ ਉਹ ਕਰਨ ਕਾਰਨ ਤੇ ਕੀਆਂ ਕਰਨੇ ਆਪਣੇ ਸਾਡੇ ਜਿਹੜੇ ਤਿਥੀਆਂ ਨੇ ਉਹਦਾ ਨੀ ਗਿਆਨ ਹੋ ਕੇ ਫਿਰ ਵੱਡੀਆਂ ਕਿਤਾਬਾਂ ਪੜ੍ਹਨ ਲੱਗੇ ਫਾਲਤੂ। ਉਹ ਠੀਕ ਹੈ ਜਿਹੜੇ ਪੁਰਾਣੇ ਮਿੰਜਰੇ ਦਾ ਤਿਉਹਾਰ ਆਉਂਦਾ, ਕੁੜੀਆਂ ਤਿਉਕਿਆ ਜਾਂਦੀਆਂ ਤੇ ਸਹੁਰਿਆਂ ਕੋਲ ਲੁਕਣਾ ਹੋਇਆ ਤੇ ਸਾਰਾ ਕਿਸੇ ਮੋਬਾਈਲ ਆਉਂਦੀ, ਪਰ ਮਿੰਜਰੇ ਦਾ ਤਿਉਹਾਰ ਹੈ ਕਿ ਉਹ ਪਤਾ ਕਿ ਨਹੀਂ ਕਿਸੇ, ਤੁਹਾਨੂੰ ਪਤਾ ਸਕੂਲ ਜਿਹੜੇ ਆਉਂਦੇ ਸੀ ਆਪਣੀ ਸਹੇਲੀਆਂ ਵਾਸਤੇ ਲਈ ਜਾਂਦੀਆਂ ਉਹ ਚੀਜ਼ਾਂ ਖਤਮ। ਬਿਲਕੁਲ ਦੋਸਤੋ, ਅੱਜ ਜਿਹੜਾ ਅਸੀਂ ਕਰਦੇ ਮਾਡਰਨ ਐਜੂਕੇਸ਼ਨ ਦੀ ਗੱਲ ਕਰਾਂ ਕਰਦੀ ਨਵੀਂ ਪੀੜ੍ਹੀ, ਜ਼ਰੂਰੀ ਹੈ ਮਾਡਰਨ ਐਜੂਕੇਸ਼ਨ ਵੀ, ਪਰ ਜਿਹੜੀ ਸਾਡਾ ਪ੍ਰਾਚੀਨ ਸੱਭਿਅਤਾ ਉਸੇ ਅਸੀਂ ਭੁੱਲਣਾ ਨਹੀਂ ਚਾਹੀਦਾ, ਆਪਣੇ ਤੀਜ ਤਿਉਹਾਰ ਨਹੀਂ ਭੁੱਲਣੇ ਚਾਹੀਦੇ। ਇਹ ਗੱਲਬਾਤ ਦਾ ਸਿਲਸਿਲਾ ਸਾਂਝਾ ਕਰਦਾ ਦੋਸਤੋ, ਹੁਣ ਮੰਦਰ ਦੀ ਜਾਂ ਇਸ ਇਲਾਕੇ ਦੀ ਹੋਰ ਤੋਂ ਲੈਣੇ ਹੋਰ ਕਿਸ਼ਤ ਦਾ ਉਹ ਵੀ ਤੁਹਾਡੇ ਤੋਂ ਪਜਾਣ ਦਾ ਪ੍ਰਯਾਸ ਕਰਨਾ। ਦੋਸਤੋ, ਅੱਜ ਅਸ ਆਏ ਦੇ ਗੌਰੀਕੁੰਡ, ਔਰ ਗੌਰੀਕੁੰਡ ਦੇ ਵਿੱਚ ਤੁਸੀਂ ਦੇਖੋ ਰਸਤੇ ਕਿੰਨੇ ਖੂਬਸੂਰਤ ਜਿਹੜੀਆਂ ਅਸ ਦਿਖਾ ਕਰਨੇ ਚੀੜੇ ਦੇ ਬੂਟਨ, ਔਰ ਆਬੋ ਹਵਾ ਵੀ ਬੜੀ ਖੂਬਸੂਰਤ ਹੈ। ਗੌਰੀਕੁੰਡ ਮਾਤਾ ਦੇ ਦਰਸ਼ਨ ਤਾਂ ਕਰਵਾਏ, ਪਰ ਪਿਛਲੇ ਅੰਕ 'ਚ ਸਾਡੇ ਕੰਨੇ ਸਾਡੇ ਇੱਕ ਮਿੱਤਰ ਹੈ ਬਾਲਕ੍ਰਿਸ਼ਨ ਮਾਥਰੋਰ, ਜਿਹਨੇ ਕਿ ਅਸੀਂ ਇੱਕ ਗੀਤ ਸੁਣਿਆ ਪਰ ਵਰਖਾ ਆਈ, ਪਰ ਅਸੀਂ ਇਸ ਵਾਰੀ ਪਰਤੀ ਆਉਣੇ ਕੀ ਮੌਕਾ ਦਿੱਤਾ ਆਪਣੇ ਕੰਨੇ ਲਿਆਂਦਾ। ਅੱਜ ਇਸ ਦਰਵੜੀਆ 'ਚ ਬਈ ਹੈ, ਇਹਦੇ ਕੋਲ ਇੱਕ ਹੋਰ ਗੀਤ ਸੁਣਨਾ, ਬੜੀ ਸੁਰੀਲੀ ਆਵਾਜ਼ 'ਚ ਗਾਉਂਦੇ, ਆਪੂ ਲਿਖਦੇ ਨੇ ਅਤੇ ਆਪੂ ਗਏ ਗਾਉਂਦੇ ਨੇ। ਅਤੇ ਬਾਲਕ੍ਰਿਸ਼ਨ ਮਾਥਰ ਜੀ, ਤੁਹਾਡਾ ਇੱਕ ਵਾਰੀ ਪਰਤੀ ਸਵਾਗਤ ਹੈ। ਪ੍ਰਵੀਨ ਜੀ, ਤੁਹਾਡਾ ਵੀ ਬੜਾ ਬੜਾ ਸਵਾਗਤ ਹੈ। ਅੱਜ ਜਿਹੜਾ ਇਹ ਮੌਸਮ ਹੈ ਜੀ, ਔਰ ਉਹਦੇ ਲਈ ਹਰਿਆਲੀ ਸ਼ਾਇਦ ਹੀ ਹੈ, ਚੀੜੇ ਦੇ ਬੂਟੇ ਨੇ, ਅਤੇ ਇਹਨੇ ਬੂਟੇ ਕੀ ਇਸ ਹਰਿਆਲੀ ਦੇਖੀ ਹੈ, ਕੁਛ ਸੋਹਣਾ ਜਿਹਾ ਗੀਤ ਸਾਡੇ ਦਰਸ਼ਕਾਂ ਵਾਸਤੇ ਤੁਸੀਂ ਗੁਣਗੁਣਾ ਕੇ? ਹਾਂ ਪ੍ਰਵੀਨ ਜੀ, ਇਸ ਮੌਸਮ ਕੀ ਦੇਖੀ ਹੈ, ਮੈਂ ਤੁਸੀਂ ਅੱਜ ਇੱਕ ਸਾਡੇ ਪਿੱਛੇ ਇੱਕ ਬੜਾ ਵੱਡੀ ਧਾਰ ਪਾਉਂਦੀ ਸੀ, ਆਖਦੇ ਸ਼ਿਵਗੜ੍ਹ, ਇਹਦੇ ਪਰਲੇ ਪਾਸੇ ਇੱਕ ਇਲਾਕਾ ਹੈ ਰੁਧਾਰ। ਰੁਧਾਰ, ਮੈਂ ਤੁਸੀਂ ਅੱਜ ਰੁਧਾਰੀ ਗੀਤ ਸੁਣਾਂ, ਜਿਹੜਾ ਡੋਰੀ ਕੰਨੇ ਸਿਮਿਲਰ ਹੁੰਦਾ ਹੈ ਜੀ।
ਕੰਨੇ ਇਸ ਮੌਸਮ ਕੰਨੇ ਉਹਨੇ ਮੈਚ ਵੀ ਖਾਈ ਜਾਣਾ ਜੀ। ਅਤੇ ਕੌਣ ਤੋਂ ਦੇਖਾ ਜੀ ਇਹ ਧਾਰੇ ਧਾਰੇ ਧੂੜਾਂ ਪੈ ਦੀਆਂ ਬਦਲੀ ਛਾਈ ਦਾਰਾ ਦਾਰਾ ਬਦਲੀ ਦਾ ਘੇਰਾ ਓ ਸੂਟ ਸੀਜੀ ਜਾਂਦਾ ਪਿਆਰੀ ਤੇਰਾ ਓ ਧਾਰਾ ਧਾਰਾ ਬਦਲੀ ਦਾ ਘੇਰਾ ਓ ਸੂਟ ਸੀਜੀ ਜਾਂਦਾ ਪਿਆਰੀ ਤੇਰਾ ਓ ਛਣ ਛਣ ਬੰਗਾਂ ਛਿਣਕਾਂਦੀ ਓ ਉੱਚੀ ਧਾਰਾ ਰੇਡੀਓ ਬਜਾਂਦੀ ਓ ਛਨ ਛਨ ਬੰਗਾ ਛਨ ਕਾਂਦੀ ਓ ਉੱਚੀ ਧਾਰਾ ਰੇਡੀਓ ਬਜਾਂਦੀ ਓ ਇਲ ਮੇਰਾ ਛਤਰੀ ਰਮਾਲਾ ਓ ਰੱਖ ਮੇਰੀ ਗੱਲੇ ਦਾ ਖਿਆਲਾ ਓ ਇਲ ਮੇਰਾ ਛਤਰੀ ਰੁਮਾਲਾ ਓ ਰੱਖ ਮੇਰੀ ਗੱਲਾਂ ਦਾ ਖਿਆਲਾ ਓ ਇੱਕ ਹੱਥ ਕੰਘੀ ਦੂਏ ਸ਼ੀਸ਼ਾ ਓ ਪਿਆਰੀ ਮੇਰਾ ਨਾਮ ਜਗਦੀਸ਼ਾ ਓ ਨੱਕ ਹੱਥ ਕੰਘੀ ਦਿਉਜੇ ਸ਼ੀਸ਼ਾ ਓ ਪਿਆਰੀ ਮੇਰਾ ਨਾਮ ਜਗ ਦੀਸ਼ਾ ਓ ਡੰਗਰ ਲਾਣੇ ਪੱਧਰੇ ਦਰੋੜੇ ਓ ਗੋਰੀ ਚੂਨੇ ਸਾਗ ਕਸ ਰੋੜੇ ਓ ਡੰਗਰ ਲਾਣੇ ਪੱਧਰੇ ਦਰੋੜੇ ਓ ਗੋਰੀ ਚੂਨੇ ਸਾਗ ਕਸ ਰੋੜੇ ਓ ਬੜਾ ਸੋਹਣਾ ਸਾਗ ਕਸਰੋਟਾ ਦੀ ਗੱਲ ਕੀਤੀ ਅਤੇ ਅਸ ਦਿਖਾਉਂਦੇ ਹਾਂ ਵੀ ਚਨੈਣੀ ਕੁਲਾ ਲਈ ਹੈ ਡੁੱਡੂ ਬਸੰਤਗੜ੍ਹ ਤੱਕ ਇਹ ਜਿਹੜਾ ਖੇਤਰ ਹੈ ਸਬਜ਼ੀਆਂ ਦਾ ਮੁੱਖ ਮਤਲਬ ਸਰੋਤ ਹੈ। ਅੱਜ ਜੰਮੂ ਸ਼ਹਿਰ 'ਚ ਜਿੰਨੀ ਸਬਜ਼ੀ ਜ਼ਿਆਦੀ ਮੁੱਖਤਾ ਤੁਹਾਡੇ ਇਸ ਇਲਾਕੇ ਦੀ ਜ਼ਿਆਦੀ ਅਤੇ ਸਬਜ਼ੀ ਦੇ ਖੇਤਰ ਵੀ ਹਰੇ ਭਰੇ ਨਾ ਅਤੇ ਇਸ ਇਲਾਕੇ 'ਚ ਤੁਸੀਂ ਜਨਮ ਲਿਆ ਇਸ ਭੂਮੀ ਕੰਨੇ ਕਿੰਨਾ ਪਿਆਰ ਹੈ ਤੁਸੀਂ? ਦੇਖੋ ਜੀ ਅਸ ਡੋਗਰੇ ਆ, ਡੋਗਰੇ ਅਸ ਡੋਗਰੇ ਸ਼ੇਰ ਹੁੰਦੇ ਨੇ, ਡੋਗਰੇ ਜਾਣ ਦੇ ਦਿੰਦੇ ਪਰ ਆਉਣ ਨਹੀਂ ਜਾਣ ਦਿੰਦੇ। ਮਗਰ ਮਿਕੀ ਇਹ ਸੋਚੇ ਬੜਾ ਤਜਰਬਾ ਹੁੰਦਾ ਹੈ ਕਿ ਅੱਜ ਕੱਲ੍ਹ ਲੋਕ ਜਿਹੜੇ ਆ ਸਾਡੀ ਮਾਂ ਬੋਲੀ ਡੋਗਰੀ ਹੈ ਇਸੀ ਭੁੱਲਦੇ ਜਾ ਦੇਣ ਅਤੇ ਇਸੀ ਵਿਸਰਦੇ ਜਾ ਦੇਣ। ਈਵਨ ਕਿ ਸਾਡੇ ਗ੍ਰਾਂ ਦੇ ਲੋਕ ਵੀ ਜਿਹੜੇ ਨੇ ਬੱਚੇ ਜਿਹੜੇ ਲੈ ਬੱਚਾ ਉਂਗਲ ਪਕੜੋ, ਉਹ ਆਖਦੀ ਮਾਂ ਆਖਦੀ ਲੈ ਹੰਡੂ ਪਕੜ ਲੈ ਮੇਰਾ, ਫਿਰ ਟਲਾਣ ਦੇਣੇ ਲੋਕਾਂ ਕੀ ਜਿਹੜੇ ਆਪਣੀ ਮਾਂ ਬੋਲੀ ਕੇ ਭੁੱਲੀ ਹੈ ਅਤੇ ਦੂਸਰੀ ਦੂਈ ਹਿੰਦੀ ਵੀ ਸਾਡੀ ਇਹ ਭਾਸ਼ਾ ਹੈ ਲੇਕਿਨ ਡੋਗਰੀ ਸਾਡੀ ਦਾਦੀ ਹੈ ਅਤੇ ਹਿੰਦੀ ਸਾਡੀ ਮਾਂ, ਹਿੰਦੀ ਹਾਂ ਹਿੰਦੀ ਸਾਡੀ ਦਾਦੀ ਹੈ, ਡੋਗਰੀ ਸਾਡੀ ਮਾਂ ਮਾਂ ਬੋਲੀ ਸਿੱਖਿਆ ਵੀ ਦਾਦੀ ਬੋਲੀ ਬੋਲੋ ਭਾਅ ਜੀ ਹਿੰਦੀ ਵੀ ਸਾਡੀ ਮਾਤਰ ਭਾਸ਼ਾ ਹੈ ਸਾਡੀ ਰਾਸ਼ਟਰ ਭਾਸ਼ਾ ਹੈ ਲੇਕਿਨ ਸਾਡੀ ਬੋਲੀ ਤਾਂ ਡੋਗਰੀ ਹੈ ਨਾ। ਇਸ ਨਾਲ ਖੰਡ ਆਖਦੇ ਜਾਣੇ ਮਿੱਠੜੀ ਹੈ ਖੰਡ ਡੋਗਰੇ ਦੀ ਬੋਲੀ ਅਤੇ ਖੰਡ ਮਿੱਠੇ ਡੋਗਰੇ। ਬਿਲਕੁਲ ਹੁਣ ਇਸ ਮਿਠਾਸ 'ਚ ਥੋੜ੍ਹਾ ਜਿਹਾ ਹੋਰ ਵਾਧਾ ਚਾਹੁੰਦੇ ਹਾਂ ਕਿਉਂਕਿ ਪਿਛਲੇ ਅੰਕ 'ਚ ਅਸੀਂ ਤੁਹਾਡੇ ਕੋਲ ਨਹੀਂ ਸੁਣੀ ਸਕੇ ਵਰਖਾ ਦੀ ਕਣੀਆਂ ਹਾਂ ਕਿ ਤੁਹਾਡੇ ਕੋਲ ਬੜਾ ਭੰਡਾਰ ਹੈ। ਇੱਕ ਹੋਰ ਸੋਹਣਾ ਜਿਹਾ ਗੀਤ ਸਾਡੇ ਦਰਸ਼ਕਾਂ ਵਾਸਤੇ ਮੈਂ ਚਾਹ ਅੱਜ ਮੌਕਾ ਲੱਗੇਗਾ। ਅੱਜ ਪਿੱਛੇ ਅਸੀਂ ਹਰਿਆਲੀ ਵੀ ਦੇਖਣੇ ਆ, ਬੜਾ ਸੋਹਣਾ ਬੂਟੇ ਵੀ ਹਨ ਔਰ ਇਸ ਇਲਾਕੇ 'ਚ ਜ਼ਿਲ੍ਹਾ ਉਹ ਤਾਂ ਆਪਣਾ ਕੋਈ ਬੰਸਰੀ ਦੀ ਧਾਰ ਵਜਾਉਂਦਾ ਕੋਈ ਕਿਸ਼ ਗਾਉਂਦਾ ਅਤੇ ਇੱਕ ਹੋਰ ਗੀਤ ਸਾਡੇ ਦਰਸ਼ਕਾਂ ਲਈ।
ਤੇਰਾ ਉਹ ਮੈਂ ਉਹ ਬੰਦਾ ਉਸ ਆਖਦਾ ਘਰੇ ਵਾਲੀਏ ਤੇਰਾ ਉਹ ਮੇਰਾ ਗੋਰੀਏ ਕਰ ਸਾਹਮਣੇ ਮੋਈਏ ਕਰ ਸਾਹਮਣੇ ਰਾਜੀ ਰੋਣਾ ਤੇਰਾ ਉਹ ਮੇਰਾ ਗੋਰੀਏ ਕਰ ਸਾਹਮਣੇ ਮੋਈਏ ਕਰ ਸਾਹਮਣੇ ਰਾਜੀ ਰੋਣਾ ਰੱਖਣੀ ਨੈਣਾ ਦੀ ਪ੍ਰੀਤ ਗੋਰੀਏ ਉਹ ਪ੍ਰੀਤ ਜਾਣੀ ਰਾਜੀ ਰੋਣਾ ਤੇਰਾ ਉਹ ਮੇਰਾ ਗੋਰੀਏ ਕਰ ਸਾਹਮਣੇ ਮੋਈਏ ਕਰ ਸਾਹਮਣੇ ਰਾਜੀ ਰੋਣਾ ਆਈ ਜਾਇਆ ਮਿੱਤਰਾ ਉਹ ਰਹੀ ਜਾਇਆ ਵੋ ਮਿੱਤਰਾ ਰਹੀ ਜਾਇਆ ਵੋ ਮਿੱਤਰਾ ਰਹੀ ਜਾਇਆ ਵੋ ਛਾਵਾਂ ਵੋਣਾ ਆਈ ਜਾਇਆ ਮਿੱਤਰਾ ਤੂੰ ਆਈ ਜਾਇਆ ਵੋ ਮੇੜੇ ਬਈ ਜਾਇਆ ਵੋ ਛਾਵਾਂ ਵੋਣਾ ਤੇਰਾ ਉਹ ਮੇਰਾ ਗੋਰੀਏ ਕਰ ਸਾਹਮਣੇ ਸੱਚਮੁੱਚ ਤੇਰਾ ਤੇ ਮੇਰਾ ਘਰ ਆਮਣੇ ਸਾਹਮਣੇ ਪਰ ਅਸੀਂ ਦੇਖਦੇ ਹੋਏ ਪਹਾੜੀ ਖੇਤਰ ਦੇ ਖਾਸ ਕਰਕੇ ਡੋਗਰੇ ਜਿਹੜੇ ਥੇ ਉਹਦਾ ਕੋਈ ਮਹਿਮਾਨ ਆਈਂਦਾ ਉਹਦੀ ਬੜੀ ਅੱਛੀ ਮਹਿਮਾਨਬਾਜ਼ੀ ਕਰਦੇ ਬਾਹੁਣੇ ਹੀ ਦਿੰਦੇ ਪੰਦ ਕੋਈ ਮੁਹਾਲੀਆ ਬਿਠਾਉਂਦਾ ਕੋਈ ਕਿਸ਼ ਕਰਦਾ ਉਹ ਵੀ ਇੱਕ ਉਹ ਜਿਹੜੀ ਬਾਹੁਣੇ ਕੀ ਦਿੰਦੀ ਆ ਪੰਦ ਉਹਦੇ ਕੋਈ ਦੋ ਬੋਲ ਸਾਡੇ ਸਾਰੇ ਲੋਕ ਗੀਤ ਹੈ ਕੁਛ ਲਿਖਦਾ ਨਹੀਂ ਹੈ ਕੋਈ ਆਹ ਮਿਲ ਇਹ ਲੋਕ ਗੀਤ ਹੈ ਸਾਡਾ ਜੀ ਉਹ ਪਹਿਲੇ ਕੀ ਹੁੰਦਾ ਕਿ ਗ੍ਰਾਂ 'ਚ ਆਉਂਦੇ ਸੀ ਬੰਜਾਰੇ ਭਾਵੜੇ ਜਾਣੇ ਸਾਖਣੇ ਚੂੜੀਆਂ ਬੰਗਾਂ ਚੂੜੀਆਂ ਵੇਚਣੀ ਜਾਂ ਲਲਾਰੀ ਆਉਂਦੇ ਸੀ ਟੱਲੇ ਰੰਗਣੇ ਅਤੇ ਇੱਕ ਲਲਾਰੀ ਆ ਗਿਆ ਜਿਹੜੀ ਕਿਸੇ ਦੇ ਘਰ ਗ੍ਰਾਂ 'ਚ ਅਤੇ ਉਹ ਘਰ 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 ਇਕੱਲੀ ਹੁੰਦੀ ਅਤੇ ਉਹ ਉਸ ਆਖਦੀ ਹੈ ਆਇਆ ਵੇ ਲਲਾਰੀਆ ਬੋਇਆਂ ਵੇ ਪਸਾਰੀਆ ਆਇਆ ਵੇ ਲਲਾਰੀਆ ਬੋਇਆਂ ਵੇ ਪਸਾਰੀਆ ਉਹ ਬੈਠਣੇ ਜੋ ਦਿਆਂ ਤੁਗੀ ਪੰਦ ਓਏ ਪੰਦ ਵੇ ਲਲਾਰੀਆ ਉਹ ਆਇਆਂ ਵੇ ਲਲਾਰੀਆ ਬੋਇਆਂ ਵੇ ਪਸਾਰੀਆ ਓਏ ਬੈਠਣੇ ਗੀ ਦੀ ਜੋ ਤੁਕੀ ਪੰਦ ਓਏ ਪੰਦ ਵੇ ਲਲਾਰੀਆ ਉਹ ਨੂਰ ਪੂਰੇ ਦੇ ਮੈਂ ਨਿੰਬੂ ਵੀ ਮੰਗਾਨੀਆਂ ਨੂਰ ਪੂਰੇ ਦੇ ਮੈਂ ਨਿੰਬੂ ਵੀ ਮੰਗਾਨੀਆਂ ਓਏ ਸ਼ਾਹਪੁਰੇ ਦਾ ਖੱਟੇ ਮਿੱਠੇ ਅੰਬ ਅਤੇ ਅੰਬ ਲਲਾਰੀਆ ਉਹ ਆਇਆਂ ਵੇ ਲਲਾਰੀਆ ਬੋਇਆਂ ਵੇ ਪਸਾਰੀਆ ਉਹ ਬੈਠਣੇ ਜੋ ਦਿਆਂ ਤੁਗੀ ਪੰਦ ਉਹ ਪੰਦ ਵੇ ਲਲਾਰੀਆ ਸੱਚਮੁੱਚ ਅੱਜ ਲਲਾਰੀਆ ਹੋਰ ਤਾਂ ਨਹੀਂ ਕੁਤੇ ਰੰਗ ਲਾਈ ਆ ਮੇਰੇ ਖਿਆਲ ਰੰਗ ਸਾਨੂੰ ਤਾਂ ਉਹਨੇ ਹੀ ਲਾਈ ਆ ਅੱਜ ਕੈਸਾ ਤੁਸੀਂ ਵੀ ਡਰੈਸ ਲਾਲ ਸੁੱਟਿਆ ਅਤੇ ਸਾਡਾ ਵੀ ਲਾਲ ਅਤੇ ਉੱਪਰ ਪਿੱਛੇ ਬੜੀ ਸੋਹਣੀ ਹਰਿਆਲੀ ਅਤੇ ਰੰਗ ਲਲਾਰੀਆ ਦਾ ਰੰਗ ਜਿਹੜਾ ਸਾਨੂੰ ਦੋਨੇ ਵੀ ਚੜੀਦਾ ਮਾਰੇ ਕੋਈ ਪੁਰਾਣੀ ਹਿੰਦੀ ਫਿਲਮ ਸੀ ਉਹਦਾ ਆਈ ਐਸ ਜੋਰ ਹੈ ਕੋਈ ਕੋਈ ਹੋਰ ਹੀ ਹੋਰ ਹੁੰਦੇ ਹੁਣ ਦੋਨੇ ਇੱਕਣੇ ਕੱਪੜੇ ਲਾਏ ਦੇ ਹੁੰਦੇ ਅਤੇ ਉਹ ਆਈ ਐਸ ਜੋਰ ਹਾ ਵਾਹ
ਕਿਆ ਬਾਤ ਹੈ, ਇੱਕ ਹੀ ਰੰਗ ਦੇ ਰੰਗੇ ਹੋਏ, ਇੱਕ ਹੀ ਰੰਗ 'ਚ ਰੰਗੇ ਦੇ। ਔਰ ਸੱਚਮੁੱਚ ਰੰਗਤ ਦੋਸਤੋ, ਅਸੀਂ ਦੇਖਿਆ ਕਰਦੇ ਸਾਡੇ ਪਿੱਛੇ ਜਿਹੜੀ ਹਰਿਆਲੀ ਛਾਇਦੀ ਔਰ ਬਗੜੀਆਂ ਉੱਪਰ ਧਾਰੇ ਥੂਰਾ ਪਾਵਾ ਕਰਦੀਆਂ, ਇਹ ਮੌਸਮ ਦਾ ਤਕਾਜ਼ਾ। ਇਸ ਇਲਾਕੇ 'ਚ ਜਿਹੜਾ ਵੀ ਬੰਦਾ ਆਉਂਦਾ, ਇੱਥੇ ਦੋ ਫਾਇਦੇ ਨੇ। ਇੱਕ ਤਾਂ ਤੁਸੀਂ ਧਾਰਮਿਕ ਯਾਤਰਾ ਕਰ ਸਕਦੇ ਹੋ, ਮਾਤਾ ਗੌਰਾਂ ਦੇ ਦਰਸ਼ਨ ਹੁੰਦੇ, ਬਾਬਾ ਭੋਲੇ ਦੇ ਦਰਸ਼ਨ ਹੁੰਦੇ ਨੇ ਸੁਦਮਾ ਦੇਵ ਦੇ ਵਿੱਚ, ਉੱਪਰ ਮਾਨਤਲਾਈ ਦੇ ਵਿੱਚ ਅਪਰਨਾ ਮਾਤਾ ਹੈ। ਥੋੜ੍ਹਾ ਅੱਗੇ ਚਲੀ ਆਓ ਅਤੇ ਅਸ ਦੇਖਦੇ ਹਾਂ ਸਾਡੀ ਛਪਰੀ ਮਾਤਾ ਹੈ, ਹੋਰ ਨੈਣਾ ਦੇਵੀ ਹੈ, ਹੋਰ ਅੱਗੇ ਚਲੀ ਆਓ ਤਾਂ ਸ਼ਿਵ ਗਲੀ ਹੈ, ਡੁੱਡੂ ਬਸੰਤਗੜ੍ਹ ਦੀ ਸੈਰਾਂ ਵੀ ਕਰ ਸਕਦੇ। ਇਹ ਬੜਾ ਸੋਹਣਾ ਇਲਾਕਾ ਹੈ ਦੋਸਤੋ, ਇਸ ਇਲਾਕੇ 'ਚ ਆਉਣਾ ਚਾਹੀਦਾ। ਪਰ ਆਉਣਾ ਹੋਇਆ ਅਗਰ ਨਹੀਂ ਕੁਛ ਪਤਾ ਲੱਗਿਆ, ਸਾਡੇ ਪ੍ਰੋਗਰਾਮ ਦੇਖੋ, ਅਸੀਂ ਬੜੇ ਸਾਰੇ ਪ੍ਰੋਗਰਾਮ ਹਰ ਜਗ੍ਹਾ ਦਾ, ਜਿਵੇਂ ਆਪਣੇ ਉੱਪਰ ਜਿਹੜੀ ਧਾਰ ਸੀ ਸਾਡੀ, ਉਹਦਾ ਵੀ ਅਸੀਂ ਦੱਸਿਆ, ਦਰਸ਼ਨ ਕਰਵਾਏ, ਅਸੀਂ ਨੈਣਾ ਦੇਵੀ ਦੇ ਵੀ ਦਰਸ਼ਨ ਕਰਵਾਏ। ਪਰ ਇਸ ਕੜੀ ਦੇ ਵਿੱਚ ਅਸੀਂ ਕੋਸ਼ਿਸ਼ ਪ੍ਰਯਾਸਰਤ ਹੈ ਦੋਸਤੋ ਕਿ ਤੁਹਾਨੂੰ ਇਸ ਇਲਾਕੇ ਦੀ ਹੋਰ ਵੀ ਜਿਹੜੀਆਂ ਜਗ੍ਹਾ ਹਨ ਉਹ ਦਰਸਾਉਣ ਦਾ ਪ੍ਰਯਾਸ ਕਰਿਆ ਕਰਨੇ ਆ। ਦੋਸਤੋ, ਇਹ ਆ ਖੂਬਸੂਰਤ ਇਲਾਕਾ ਜਿਹਦੀ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਇਲਾਕੇ ਦਾ ਛਲਾਪਾ ਤੁਹਾਡੇ ਨਾਲ ਸਾਂਝਾ ਕਰਨ ਦਾ ਪ੍ਰਯਾਸ ਕੀਤਾ ਹੈ। ਉਮੀਦ ਕਰਨਾ ਕਿ ਤੁਸੀਂ ਇਹ ਪਸੰਦ ਜ਼ਰੂਰ ਆਇਆ ਹੋਣਾ। ਅੱਜ ਦੀ ਕੜੀ, ਅੱਜ ਦਾ ਅੰਕ ਇੱਥੇ ਗੇ ਸੰਪੰਨ ਕਰਨ ਦੀ ਅਸੀਂ ਤੁਹਾਡੇ ਕੋਲ ਅੱਗੇ ਜਾਣਾ। ਹਾਂ, ਮਿਗੀ ਪ੍ਰਵੀਨ ਸ਼ਰਮਾ ਜੀ ਅਤੇ ਮੇਰੇ ਕੈਮਰਾਮੈਨ ਸੰਜੇ ਕੁਮਾਰ ਜੀ ਦਿਓ ਇਜਾਜ਼ਤ। ਹਾਂ, ਅਗਰ ਤੁਸੀਂ ਵੀ ਆਪਣੇ ਗ੍ਰਾਂ, ਆਪਣਾ ਨਗਰ, ਆਪਣੇ ਸ਼ਹਿਰ ਦਾ ਛਲਾਪਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਘੰਟੀ ਮਾਰ ਸਕਦੇ ਹੋ ਇਹਨੇ ਨੰਬਰ ਪਰ। ਅਤੇ ਹੁਣ ਅਸ ਚੜ੍ਹਨਗੇ ਭਾਈ ਗੱਡੀ। ਜੈ ਜੰਮੂ, ਜੈ ਡੁੱਗਰ, ਜੈ ਭਾਰਤ।